ਉਹ ਦੇਖ ਆਹ ਦੇਖੋ ਮੈਂ ਪ੍ਰੂਫ ਦਊਂਗਾ ਇੱਕ ਮਿੰਟ ਖੜ ਜਾ ਦੇਖ ਮੈਂ ਤਾਂ ਤੇਰੇ ਘਰੇ ਆਇਆ ਨਹੀਂ ਤੁਸੀਂ ਮਤਲਬ ਇਹਦੇ ਸਿੰਗਲ ਕਾਹਤੋਂ ਲਾਉਂਦੇ ਆ ਕਿੱਥੇ ਲਾ ਦੇਖੋ ਸਿੰਗਲ ਕਿੱਥੇ ਲੱਗਾ ਹਜੇ ਵੀ ਤੁਸੀਂ ਚਲਾਕੀਆਂ ਕਰਦੇ ਹੋ ਜੀ ਤੁਸੀਂ ਇਹਦੇ ਲਾ ਦੋਗੇ ਸਿੰਗਲ ਮੈਂ ਨਾ ਸਿੰਗਲ ਕਿੱਥੇ ਲੱਗਦਾ ਐਵੇਂ ਉੱਪਰ ਹੀ ਓ ਯਾਰ ਫੇਰ ਨਹੀਂ ਮੰਨ ਰਿਹਾ ਬੰਦਾ ਯਾਰ ਕਮਾਲ ਕਰਤੀ ਤੁਸੀਂ ਤਾਂ ਜੀ ਪਠਾਣੇ ਰਬੜ ਦਿਖਾ ਦਈਏ ਸੀ ਸਿੰਗਲ ਤੁਹਾਡਾ ਥੋੜੀ ਜ਼ਰੂਰਤ ਕਿਵੇਂ ਪੈਂਦੀ ਹੈ ਸਿੰਗਲ ਲਾਉਣ ਦੀ ਯਾਰ ਇਹ ਰਾਤ ਡੰਗਰ ਵੜ ਦਿੰਦਾ ਕੀ ਕਰੀਏ ਮੈਂ ਕਹਿੰਦਾ ਬੜੇ ਜਗਤਪੁਰੇ ਪਿੰਡ ਦੇ ਮੈਂ ਕਹਿੰਦਾ ਬੜੇ ਬੰਦੇ ਮਾਰਤੇ ਹੋਣੇ ਇਹਨਾਂ ਤਾਂ ਇੱਕ ਮਿੰਟ ਹਜੇ ਵੀ ਝੂਠ ਬੋਲਦੇ ਹੋ ਬਾਈ ਹਰਪ੍ਰੀਤ ਜੇ ਤਾਂ ਤੂੰ ਐਂ ਕਰਦਾ ਕਰ ਲੈ ਫਿਰ ਕੋਈ ਨਾ ਦਿਖਾਈ ਸੰਗਤ ਨੂੰ ਇਹਦੇ ਮੋਰੀ ਦੇ ਵਿੱਚ ਦੀ ਸੰਗਲ ਕੱਢ ਕੇ ਨਾ ਇੱਕ ਲੱਤ ਦੇ ਵਿੱਚ ਦੀ ਬੰਨ ਦਿੱਤੀ ਜਾਂਦੀ ਹੈ ਬੰਦੇ ਦੀ ਦੂਜੀ ਜਿਹੜੀ ਲੱਤ ਆ ਉਹਨੂੰ ਇੱਥੋਂ ਸੰਗਲ ਪਾ ਕੇ ਇਹਨੂੰ ਪਾਇਆ ਜਾਂਦਾ ਹਜੇ ਵੀ ਬੰਦੇ ਮਤਲਬ ਮੰਨ ਨਹੀਂ ਰਹੇ ਹੈਗੇ ਗਲਤੀ ਹਜੇ ਵੀ ਮਤਲਬ ਕਹਿੰਦੇ ਵੀ ਅਸੀਂ ਮਤਲਬ ਚਲਾਕ ਹਾਂ ਸਾਡੀ ਤਾਂ ਮੱਝ ਵੜ ਦੂਗਾ ਇਹਦੇ ਕੋਲੇ ਪਤਾ ਨਹੀਂ AK-47 ਜਾਂ ਗੰਡਾਸਾ ਇਹਦੇ ਕੋਲੇ ਪਰੇ ਰਹੋ ਸਾਰੇ ਜਾਣੇ ਭਾਈ ਸਾਰੇ ਉਹ ਦੇਖੋ ਬੇਬੇ ਜੀ ਤੁਸੀਂ ਉੱਧਰ ਜਾਓ ਆਪਣਾ ਕੰਮ ਕਰ ਲਓ ਬਾਈ ਜੀ ਇੱਕ ਮਿੰਟ ਤੁਸੀਂ 10 ਜਾਣੇ ਖੜੇ ਹੋ ਲੈ ਉਹ ਮੈਂ ਹੈਰਾਨ ਆ ਤੁਹਾਡੇ ਤੇ ਤੁਹਾਨੂੰ ਸ਼ਰਮ ਕਿਉਂ ਨਹੀਂ ਆ ਰਹੀ ਯਾਰ ਤੁਹਾਨੂੰ ਸਮ ਸ਼ਰਮ ਕਿਉਂ ਨਹੀਂ ਆ ਰਹੀ ਬੰਦਾ ਤੁਸੀਂ ਬੰਨ ਕੇ ਰੱਖਦੇ ਹੋ ਕੁੱਤਿਆਂ ਵਾਂਗੂ ਤੁਸੀਂ ਕਹਿੰਦੇ ਗਲਤ ਕੀ ਗੱਲ ਹੈ ਡੰਗਰ ਵੜਦਾ ਜੇ ਤਾਂ ਕਰਕੇ ਮਜਬੂਰੀ ਆ 2-3 ਘੰਟੇ ਬਾਅਦ ਕੀ ਮਜਬੂਰੀ ਆ ਕਿਉਂ ਰੱਖਿਆ ਤੁਸੀਂ ਬੰਦੇ ਆਪਦੇ ਆਪ ਕੰਮ ਕਰੋ ਤੁਸੀਂ ਕੰਮ ਕਰੋ ਆਪਦਾ ਕਿਉਂ ਨਹੀਂ ਕਰਦੇ ਕੰਮ ਮੈਂ ਆਪ ਕੰਮ ਕਰ ਸੋਣਾ ਪਰਚਾ ਮੇਰੇ ਘਰ ਕਿਉਂ ਚਲੇ ਗਿਆ ਏ ਮੇਰੇ ਘਰ ਕਿਉਂ ਚਲੇ ਗਿਆ ਏ ਇਹ ਵੀ ਗੱਲ ਹੈ ਸਿਧਾਈ ਚ ਮੰਨਦਾ ਨਹੀਂ ਇਹਦੇ ਕਰਦਾ ਵੀ ਇਹ ਬਦੋ ਬਦੀ ਕੰਮ ਕਰਦਾ ਫੇ ਮੁੜ ਕਹਿੰਦਾ ਮੈਂ ਨਹੀਂ ਜਾਣਾ ਇਹ ਮੇਰੇ ਘਰ ਕਿਉਂ ਨਹੀਂ ਜਾਂਦੇ ਪਿਆਨੋ ਆਹ ਤੇਰੇ ਕੰਮ ਕਰਨਾ ਰੋਟੀ ਖਾਣੀ ਆ ਕਰਨਾ ਯਾਰ ਤੈਨੂੰ ਕਹੇ ਚ ਮਾੜਾ ਫਟੋ ਗਲਤੀ ਹੋਈ ਹੈ ਤੇ ਮਾੜਾ ਗਲਤੀ ਹੋਈ ਆ ਗਲਤੀ ਹੋ ਗਈ ਸਤਿ ਸ੍ਰੀ ਅਕਾਲ ਬਾਪੂ ਜੀ ਉਹ ਵੀਰੇ ਕੀ ਹਾਲ ਨੇ ਦੇਖੋ ਭਾਈ ਕਿੱਥੇ ਗੋਹਾ ਚੜਾਊਗਾ ਬੰਦਾ ਬਾਈ ਕੀ ਹਾਲ ਨੇ ਕਿਆ ਹਾਲ ਕਿਆ ਹੈ ਬਾਈ ਹੇ ਮੇਰੀ ਕਿਆ ਹਾਲ ਕਿਆ ਹੈ ਕਿਆ ਨਾਮ ਕਿਆ ਹੈ ਆਪਕਾ ਬਾਈ ਹੇ ਬਾਈ ਨਾਮ ਕਿਆ ਹੈ ਆਪਕਾ ਡਰੋ ਮਤ ਹਮ ਆਪਕੇ ਭਾਈ ਹੈ ਡਰੋ ਮਤ ਕਿਆ ਨਾਮ ਕਿਆ ਹੈ ਆਪਕਾ ਮੇਰੀ ਬਾਤ ਸੁਣੇ ਇੱਕ ਜਣਾ ਬਾਹ ਫੜ ਲਓ ਯਾਰ ਬਾਹ ਫੜ ਲਓ ਮੜੇ ਸਰਪੰਚ ਸਾਹਿਬ ਬੇਬੇ ਜੀ ਅਸੀਂ ਪਟਿਆਲੇ ਤੋਂ ਆਏ ਹਾਂ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਚੋਂ ਸਰਪੰਚ ਸਾਹਿਬ ਨੂੰ ਕਰੀਏ ਫੋਨ ਜੀ ਝਮਾਲ ਠਾਣੇ ਕਿ ਕਿੱਥੇ ਕਰੀਏ ਤੁਸੀਂ ਦੱਸ ਦਿਓ ਦੇਖੋ ਤੁਸੀਂ ਬਾਪੂ ਜੀ ਬੰਦੇ ਦੇ ਲਾ ਦਿੰਦੇ ਹੋ ਸੰਗਲ ਮੈਂ ਅਸੀਂ ਦੱਸਾਂਗੇ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂਗੇ ਜੀ ਇਹਦੀ ਵਿਚਾਰੇ ਦੀ ਇੱਕ ਲੱਤ ਬੰਨ ਦਿੰਦੇ ਨੇ ਉਹਦੇ ਨਾਲ ਆਪਣਾ ਕੋਈ ਆਪਣੇ ਬੱਚਾ ਬੇਟਾ ਹੈਗਾ ਜੀ ਕੋਈ ਤੁਹਾਡਾ ਬੁਲਾਇਓ ਵੀਰ ਤੁਹਾਡਾ ਬੇਟਾ ਹੀ ਆ ਜੀ ਦੇਖਿਓ ਤੁਹਾਡਾ ਬੇਟਾ ਜੀ ਬਾਪੂ ਜੀ ਵੀਰੇ ਇੱਕ ਮਿੰਟ ਆਇਓ ਗੱਲ ਸੁਣਿਓ ਉਹ ਵਾਹਿਗੁਰੂ ਵੀਰੇ ਯਾਰ ਇਹਦੇ ਸੰਗਲ ਕਾਹਤੋਂ ਲਾ ਕੇ ਰੱਖਦੇ ਤੁਸੀਂ ਬੰਦੇ ਦੇ ਅਸੀਂ ਤੁਹਾਨੂੰ ਪ੍ਰੂਫ ਦੇਵਾਂਗੇ ਜੀ ਅਸੀਂ ਪਟਿਆਲੇ ਤੋਂ ਆਏ ਹਾਂ ਬਾਈ ਜੀ ਲਚਕਾਣੀ ਪਿੰਡ ਆ ਸਾਡਾ ਆਪਣਾ ਫਰਜ਼ ਸੇਵਾ ਸੁਸਾਇਟੀ ਚਲਾਉਂਦੇ ਹਾਂ ਜੀ ਅਸੀਂ ਇਸ ਬੰਦੇ ਦੀ ਇੱਕ ਲੱਤ ਤੁਸੀਂ ਬੰਨਦਾਨੇ ਹੋ ਉਹਦੇ ਨਾਲ ਥੰਮਲੇ ਨਾਲ ਇੱਕ ਬੰਨਦਾਨੇ ਹੋ ਮੱਝਾਂ ਦੇ ਨਾਲ ਤੁਹਾਨੂੰ ਦੇਵਾਂਗੇ ਪ੍ਰੂਫ ਦੇਵਾਂਗੇ ਜੀ ਅਸੀਂ ਤੁਹਾਨੂੰ ਪਤਾ ਵੀਰੇ ਇਹਨੂੰ ਕਦੇ ਕਦੇ ਮਾਂ ਬਾਪ ਲੱਭਦੇ ਫਿਰਦੇ ਨੇ ਹੈ ਕੋਈ ਅੰਦਾਜ਼ਾ ਵੀਰੇ ਤਿੰਨ ਮਹੀਨੇ ਤਾਂ ਹੋ ਗਏ ਜਿਹੜਾ ਪਹਿਲਾਂ ਬਜ਼ੁਰਗ ਛੱਡਿਆ ਉਹ ਕਦ ਛੱਡ ਕੇ ਆਏ ਤੁਸੀਂ ਉਹ ਕੰਮ ਨਹੀਂ ਦਿੰਦਾ ਸੀ ਨਾ ਤਾਂ ਕਰਕੇ ਚੇਂਜ ਕਰ ਲਿਆ ਤੁਹਾਨੇ ਸਰ ਇਹਨਾਂ ਨੇ ਨਾ ਪਹਿਲਾਂ ਬਜ਼ੁਰਗ ਬੁਲਾਇਆ ਇੱਕ ਉਹ ਤੋਂ ਮਤਲਬ ਕੰਮ ਲੈਤਾ ਜਦੋਂ ਉਹਦਾ ਮਤਲਬ ਹੱਡ ਪੈਰ ਖੜ ਗਏ ਉਹਨੂੰ ਮਤਲਬ ਛੱਡਤਾ ਮੁੜ ਕੇ ਆ ਫੜ ਲਿਆਂਦਾ ਵਿਚਾਰਾ ਆਪ ਆ ਗਿਆ ਤੁਸੀਂ ਸੰਗਲ ਕਾਹਤੋਂ ਲਾਉਂਦੇ ਫਿਰ ਬਾਈ ਅਸੀਂ ਪ੍ਰੂਫ ਦੇਵਾਂਗੇ ਫਿਰ ਅਸੀਂ ਸਰਪੰਚ ਮੂਹਰੇ ਚਾਹੇ ਥਾਣੇ ਪੰਚਮਾਲ ਮੂਹਰੇ ਪ੍ਰੋਪਰ ਪ੍ਰੂਫ ਦੇਵਾਂਗੇ ਵੀ ਇੱਕ ਤੁਹਾਡੇ ਜਿਹੜਾ ਕੀ ਹੁੰਦਾ ਆਪਣਾ ਆਹ ਪਿੱਲਰ ਜਿਹਾ ਉਹਦੇ ਵਿੱਚ ਦੀ ਗਲੀ ਕੱਢ ਕੇ ਸੰਗਲ ਲਾਉਂਦੇ ਨਹੀਂ ਵਿੱਚ ਦੀ ਸੰਗਲ ਪਾ ਕੇ ਅਤੇ ਇੱਕ ਲੱਤੇ ਦੀ ਬੰਨ੍ਹਦੇ ਨੇ ਤੁਸੀਂ ਨਾਲ ਉਹਦੇ ਖੋਲੀ ਦੇ ਨਾਲ ਇੱਕ ਲੱਤ ਬੰਨ੍ਹਦੇ ਨੇ ਉਹਦੀ ਇਹਦੇ ਨਾਲ ਕੀ ਆ ਆ ਕੀ ਕਹਿੰਦੇ ਉਹਨੂੰ ਪਿੱਲਰ ਨਾਲ ਬੰਨ੍ਹਦੇ ਨਹੀਂ ਦੱਸ ਪਹਿਲਾਂ ਝੂਠ ਹੈ ਰੋਟੀ ਪਾਣੀ ਤੋਂ ਭੁੱਖਾ ਰੱਖ ਰੱਖ ਕਿੱਥੇ ਯਾਰ ਮੈਂ ਕਹਿੰਦਾ ਕਿੱਥੇ ਭਰਾਂਗੇ ਆਪਾਂ ਬਾਈ ਯਾਰ ਅਸੀਂ ਤਾਂ ਆਪ ਹਿੱਲ ਜਾਂਦੇ ਹਾਂ ਦੇਖ ਕੇ ਵੀਰੇ ਯਾਰ ਅਸੀਂ ਨਾ ਕਿਸੇ ਦੀ ਆਹ ਸਾਨੂੰ ਸੂਚਨਾ ਮਿਲਦੀ ਹੈ ਨਾ ਅਸੀਂ ਹਿੱਲ ਜਾਂਦੇ ਹਾਂ ਵੀ ਯਾਰ ਪੰਜਾਬ 'ਚ ਹੋ ਰਿਹਾ ਕਿ ਕਿਤੇ ਗਾਂਹ ਹੋ ਰਿਹਾ ਕਿਤੇ ਮਤਲਬ ਜਦੋਂ ਸਾਨੂੰ ਇਹ ਸੂਚਨਾ ਮਿਲਦੀ ਹੈ ਨਾ ਸਾਡੇ ਕੋਲ ਹੋਰ ਵੀ ਬਹੁਤ ਇਤਲਾਹ ਬਹੁਤ ਇਤਲਾਹ ਅਸੀਂ ਪਰਚੇ ਵੀ ਕਰਾਵਾਂਗੇ ਲੋਕਾਂ ਦੇ ਕਰਾ ਵੀ ਰਹੇ ਹਾਂ ਪਰ ਅਸੀਂ ਨਾ ਇੱਕ ਵਾਰੀ ਹਿੱਲ ਜਾਂਦੇ ਹਾਂ ਦੇਖ ਕੇ ਵੀ ਯਾਰ ਪੰਜਾਬ 'ਚ ਹੋ ਰਿਹਾ ਜਾਂ ਕਿਸੇ ਹੋਰ ਦੇਸ਼ 'ਚ ਹੋ ਰਿਹਾ ਜਿੱਥੇ ਮਤਲਬ ਮਨੁੱਖਾਂ ਨੂੰ ਪਿਆਰ ਨਹੀਂ ਕੀਤਾ ਜਾਂਦਾ ਅਸੀਂ ਹਿੱਲ ਜਾਂਦੇ ਬਾਈ ਯਾਰ ਜਦੇ ਬਾਪੂ ਰਾਤ ਨੂੰ 11 ਵਜੇ ਸੰਗਲ ਲਾਉਂਦਾ ਨਾ ਅਸੀਂ ਮਤਲਬ ਦੇਖ ਕੇ ਹਿੱਲ ਜਾਂਦੇ ਹਾਂ ਦੱਸਿਆ ਕੁਛ ਨੇ ਜੀ
भाई केड़ा कौन सा गांव है आपका? इधर नु आ जाओ जी, कानू बीज दो मशा बना। भाई कौन सा गांव है आपका? डरो मत, घबराओ मत, मुझे ये बताओ आपके संगल कहां पर लगता है? संगल नहीं मालूम। नहीं मालूम? मम्मी पापा का क्या नाम है? नहीं मालूम। ओके ठीक, आपका क्या नाम है भाई? आप डरो मत, आपका क्या नाम है? भाई से ना डरो, मैं अभी खड़ा हूँ ना, भाई से मत डरो, इन्होंने आपके साथ गलत किया है ना, इनको सबक सिखाएंगे अभी। ठीक है, आप मुझे ये बताओ संगल कहाँ पर लगाते हैं? जहाँ पर पशु बांधते हैं ना, वहाँ पर संगल लगता है ना आपके? संगल कितने लगते थे? अजय दिखाना बग जी भाई, डंगर आने घर की हाल है भीरे? ठीक है भीरे, अनु वीर ने एक बार पूछ लो, पहले ऐना जाओ भीरे, पहले पूछ लो वीर आओ, तुसी नाल आओ भीरे। पर ये पला ही चक्कर है, नहीं वो कोई गल नहीं भीरे, कोई किथे दे आजो, मैं दिखाना तुहानू भीरे। ब्रदर थोड़ा नाम की है भीरे? हरप्रीत सिंह, मर हर प्रीत, हरी दी प्रीत यार, हरी ना प्रीत की करोगे तुस, तेरे ना प्रीत नहीं कर रहे। हर प्रीत मतलब हरी दी प्रीत, हरी किनू कहने? भगवान नू, की करांगे भगवान ना प्रीत, इंसान नू तुसी संगल लाला रखने हो देगा? आओ देखो मैं प्रूफ दूंगा, एक मिनट खड़ जा, देख मैं तो तेरे घर आया नहीं उरे भीरे, लै मैं तेनू प्रूफ दूंगा, आ जा कित्थे बांधे हो तुसी, आ जा दिखावा, ले आ जा मैं तेनू दसदा कित्थे बांधे हो, आ जा आओ देख मंजा पिया, ठीक है उरे डा के मंजा, एदे विच दी जां एदे विच दी जां तीजे विच दी, डा के उरे इक लत्त बाई जी इहदी बंदे दी उरे बन्नी जांदी है, इक लत्त उत्थे बन्नी जांदी, नहीं बन्नी जांदी दस वीरे, झूठा दस दे। हाँ ना ठीक है, तुसीं देखो संगत जी, नहीं मारदा यार, झूठ बोली जाने भाई, आपको कहां बांधते हैं भाई? आपको कहां संगल कहां लगाते हैं आपको बता दो, डरो मत, डरो मत। आ देखो संगत जी, तुसीं ये वीर ने दस्या, हुण असीं की कहीए इह जिहे परिवारां च यार आके, असीं तरन तारण साहब जिले दे विच खड़े हां जी, पिंड आ जगतपुरा, जगतपुरा ही आ। और एक होर दसना चाहुंदे हां, अमृतसर तों 20 किलोमीटर साइड ते और बाबा बुढ़ा जी का स्थान आ, उरे बीड़ बाबा बुढ़ा जी का जिहड़ा तुसीं सारे जाणदे हो, फेमस गुरु घर आ, इतिहासक गुरु घर आ, उहदे बिल्कुल नाल रह के नहीं वीर नूं अक ला रही भी एक इंसान नूं बन देना भाई यार, इस तरह हिल गए देख के। तुसीं देखो इधर आपां गुरुआं दी फोटो रखी आ जिहड़े भी तुसीं है ना मन्नदे हो, ते एक पासे इंसान नूं बन्नदे यार, तुहानूं हो की गया भीरे? झूठ बोलदे हो तुसीं, पहलां तुसीं पहलां मैं दो तीन घोड़े सीधे मार के वढ देंदा तां करके, मैं दो तीन सवाल करदा तुहानूं, इहने किन्ने क बंदे वढते, किन्ने क डंगर वढते, इक तां दस दिओ, एक मिंट चलाकियां ना कर मेरा भरा, ना कर भीरे प्लीज़, मैं तैनूं बारी बारी कही जांदा। दूजी गल, मैं तैनूं दो तीन सवाल करदा, एक तुहाडे कोल पहलां जिहड़ा बजुर्ग सीगा, मतलब असीं लैण उहनूं आउणा सी, मतलब उहो ਜਦੋਂ ਸੰਗਤ ਜੀ ਨੂੰ ਦੱਸਣਾ ਚਾਹੁੰਦੇ ਇਹ ਬੰਦੇ ਪਹਿਲਾਂ ਵੀ ਲਿਆਏ ਤੇ ਫੜ ਕੇ ਇੱਕ, ਜਦੋਂ ਮਤਲਬ ਉਹ ਬੰਦਾ ਤੁਹਾਡੇ ਕੋਲੇ ਤਾਂ ਆਪਣਾ ਸਾਡੇ ਜ਼ਿਲ੍ਹਿਆਂ 'ਚ ਕੋਈ ਨਹੀਂ ਆਉਂਦਾ, ਇਸ ਤਰ੍ਹਾਂ ਤੁਰ ਕੇ ਲੰਘਣ ਦੇ ਆਂਦਾ ਸੀ, ਰੋਟੀ ਖਵਾ ਦੇ ਤੇ ਮੁੜ ਕੇ ਕੰਮ ਕਰ ਲਿਆ, ਮੁੜ ਕੇ ਮਤਲਬ ਰੋਟੀ ਖਾਣ ਲਈ ਤਾਂ ਉੱਡੇ ਘਰੇ ਆ ਗਿਆ, ਆਪੇ ਕੰਮ ਕਰ ਲਿਆ, ਮੁੜ ਕੇ ਨਿਕਲ ਨਹੀਂ ਦਿੱਤਾ ਫਿਰ, ਆਪੇ ਆਂਦਾ ਮੈਂ ਕੰਮ ਕਰ ਲਿਆ। ਆ ਦੇਖ ਕਿਹੜਾ ਕੋਈ ਭੁੱਖਾ ਬੰਦੇ ਨੇ, ਜੇ ਤੈਨੂੰ ਰਾਹਗੀਰੀ ਨੇ ਕਹਿਤਾ ਰੋਟੀ ਖਵਾ ਦੇ ਤੇ ਉਹਨੇ ਦੇਖਿਆ ਵੀ ਤਾਂ ਹਰਪ੍ਰੀਤ ਹਰੀ ਨਾਲ ਪ੍ਰੀਤ ਆ, ਉਹ ਭਾਜੀ ਆਪ ਆਇਆ, तू मैं दसता सी 20-22 साल दे, एक मिनट ए 20 साल दे बापू जी, ए तो की कसूर हो गया, तुसी इहदे संगल लाउने आही डांग तुहाडे हत्थ च हुंदी है, कोई शुद्ध बुद्ध नहीं हैगी। हां जी, मतलब तुहाडा मतलब की बणदा संगल लाउण दा जी, तुहाडा मतलब की बणदा, तुसी दसता दो मैनूं बापू जी, ओनू शुद्ध थोनू हैगी, शुद्ध तुहानू हैगी है जी, मैं कहना तुसी बापू जी तुसी हरप्रीत तुहाडा बेटा इहनूं बंधोगे? सच्ची सच्ची दस्सो, नहीं एक मिनट मैं प्रूफ दे देना फिर मन जोगे, तुसी इहनूं हरप्रीत दे संगल ला दोगे लत्त नूं, एक लत्त इहदे विच दी कढ के, संगल इहदे विच दी, आ मोरी जी भी दिखा दो संगत नूं इहदे विच दी, और एक संगल लाउंदे ने उत्थे, बंदा पासा नहीं लै सकदा, तुसी कहिंदे असीं रोटी पानी दिंदे आ जी, किहड़ी सेवा करदे जी, दिखा तो सानूं तां दिखा दो, सानूं तां पता नहीं लग रिहा कित्थे सेवा, लै संगत नूं दिखाई माड़ा जिहा भीरे, आ जुत्ते कढ़ी, जोड़े निकाल दो, जोड़े निकाल दो, निकाल दो जोड़े, निकालियो इधर आओ, रे आओ, उरे आओ, जोड़े कढ़ियो माड़े जे, इधर नूं कढ़ी, जोड़े कढ़ी भीरे, जोड़े निकाल दो, निकाल दो, लै आ कर रहे ने सेवा, आ तुसीं देखियो जी जिहड़े मतलब जोड़े पाउंदा पहले तां इहदे दिखायो संगत नूं मार के, आ देखियो बापू कहिंदा मैं सेवा करदा जी, ते हरप्रीत जी दी हरी नाल प्रीत आ, उहने इंसान बन रख्या थोड़े सामने आ,
लिया दिखाओ इंसान की आ सेवा इनू मैनू लगता नहाते रात को 11 बजे मैं एक चीज़ होर दसदा बई जी मतलब रात 11 बजे रोटी खानी नसीब नहीं होंगी मैं ये भी प्रूफ दे दूंगा है सचो इतों ही चकते होंगे ने कितने एक दो होर ने एक नहीं दो तीन ने एक नहीं है एक होर आ लाल जा एक होर आ इत होगा कितने आ मंजा थोड़े सामने इधरले पासे होगा लै ना है नहीं उरे लै तुसी गल देखो संगत जी आ तो मैं पता क्लीयर आ भी आता ए पैंता है वीर ए पैजू पा दूगा बापू आपके बेटे नू कमाल करती यार इन्हां लोगों ने इस तरह हिल जाने देख के बई तुसी ये देखो संगत जी मतलब ये 20-22 साल का चाहे हरियाणवी है चाहे बिहारी है चाहे यूपी का किसी माँ का पुत आ ना कोई कित होर तो कित लोहे का तो बनया नहीं होया तुसी थोड़े सामने आ भी किसी माँ का पुत आ तो मैं कहना हद करती बजुर्गों ने हजे कहने से इन्हों सेवा करते हैं बापू जी मेरे सवाल ने दो तीन पहला सवालों के उत्तर दो बाकी गल बाद करते हैं तुम मतलब ये संगल कतों लाने हजे भी तुसी चलाकियां करते हो जी हजे भी तुसी चलाकी हजे भी चलाकियां कर तुसी फड़िया कदों तुसी घरे कदों किवें आ गए साढ़े यार जलंधर तो परां परां किसे एरिया दे विच आपे नहीं आउंदा करी ढेरी आही कपड़े ने लाल जी मैं तुहानू कहता रहा लाल कर लो उरी गल ढेर थले कोई ना ऊ भी तो इत्थे रहिंदे ने लो आ कपड़े ने साढ़े भरा दे इहनां च पैंदा जे नहीं पैंदा तां दस दो मैनू घंटा सी लेट हो गए असी रात के 12 बजे चले वे हाँ असी थोड़ा आके उरे आप संगल खिलाते असी वो घंटा लेट हो गए थोड़ा आप आके खोल दे उरे संगल भी लिया बापू दही चाबी गिरा कितने भाई कहाँ सोते हो आप हे भाई आपकी मदद करने के लिए आए हैं आप डरो मत आपकी मदद करने के लिए धड़कन बद गई देख बंदे दी डर गया बंदा इन्ने बंदे आप डरो मत आपका नाम क्या है भाई आपका नाम क्या है डरो मत नाम क्या है आपका पंजाबी आके बिहारी है जी है ये पता ही नहीं कोई नहीं हिंदी बोलता कोई गल नहीं वाह मेरे अच्छा तो थोड़े को बापू पहले एक मिनट भी बापू लाऊंगा संगला हाँ जी बापू जी तुम ये ला दोगे संगल यार फिर नहीं मन रहा बंदा यार कमाल कर तू तो फिर मन जोगे जी करी जाने प्रूफ तो बिना नहीं आते थोड़ी आ गए झूठ गल मैं देख लाना कोई ना हर जा एक मिनट जे डंगर वड़दा फिर मतलब ये संगल थोड़ा थोड़ी जरूरत किमें पैंती है संगल लाने की यार मैं कहना बड़े जगतपुरे पिंड दे मैं कहना बड़े बंदे मारते होने घंटा दो घंटे बस माड़ा रखना पैंदा डंगर आजो तुहानू मैं विखा देना एक मिनट हजे भी झूठ बोलते हो भाई हरप्रीत जे तां तू ऐ करदा जे तां तू ऐ करदा कर ला फिर कोई ना ऐ ना कर देख ब्रदर तुसी कर रहे हो चलाकी हजे भी ऐ ना करो तुसी देखो मैं थोनू गेट चाके दसता तुहाडे गली ने इदां बंद बापू बंद नहीं छड्ड दे बापू बंद नहीं कल परसों रातां नू मतलब आ रेड़ा जा उरे परे कर रहा थी पता नहीं 10 दिन जां महीना क पुरानी गल है मतलब इन्हें बापू ने मतलब रोटी भी नहीं उहनू खाण दित्ती रोटी उहदे हत्थ च इक ने लिया के बनता बेचारा यह बंदा पासा भी नहीं लै सकदा संगत जी तुसी सोचो तुहानू असीं मतलब करके दिखाउने आ क्यों क्योंकि असीं तुहानू जगाउणा चाहुंदे आ मतलब मंजा डाही होए मंजा डाही यार उरे तुहानू दसना चाहुंदे आ भी पंजाब च हो की रहा तुसी जाग जो असीं पटियाले पासों रोड दे उपरों लचकाणी पिंड दे विचों आए हो असीं पटियाले तों 12 बजे रात चले ते 5-7 जाणे असीं एक गड्डी पिछे खड़ी आ साडे मतलब जिहदे नाल असीं इहनां ते कारवाई भी करवावांगे एक गल क्लीयर आ भी इन्हां कोल जमीन जायदाद बहुती तां नहीं हैगी मज्जां दे सिर ते घर चलदा पर किसे दा धी पुत फड़ी ऐ लंबे लोड़ ते ऐ इधर लत्तां उधर सिर इधर ऐ हुण तुसीं इह देखियो महसूस करियो तुसीं सोचो भी तुहाडे बेटे दे संगल लग रहे आ इस बंदे नूं इत्थे पा दिंदे ने जी इहदी इक जिहड़ी लत्त आ संगत जी दिखाई संगत नूं इहदे मोरी दे विच दी संगल कढ के ना इक लत्त इहदे विच दी बन्न दित्ती जांदी आ बंदे दी दूजी जिहड़ी लत्त आ उहनूं इत्थों संगल पा के इहनूं पाया जांदा जिहड़ा आ जिहदे नाल आपां मज्जां बन्नदे आ ते बंदा तुसीं इह देख लो जदों इह बेचारा मंजे ते पैंदा ते तुसीं इह देख लो पासा नहीं लै सकदा ते बाई इन्हां दा बापू जी दा बापू जी थोड़ा नाम की है बलवे की नाम दस्सी दा बापू गुरदयाल सिंह गुरदयाल सिंह गुरदयाल सिंह जी तुसीं इन्हां दे ला दोगे संगल मेरा थोनू सवाल है पहला भी मतलब क्यों दस्सता दो
उत्तर तो दे दो, थोनू आदत पै गई बापू जी फ्री का काम कराने की, पहला बजुर्ग लिया हूँ आप आ हालात चो जे थोड़े तो कोई काम करावे जे थोड़े पुत नूं फड़ मैं कहना थोड़े मैनूं कपड़िया की पता लग गया भी कि बापू गेट च डंडा लैके गोहा चुका हर रोज 6 महीने हो गए बापू जी साढ़े तो जिम्मेवारी भारी है असं लेट हो जाने फटते अं पिछला भी लेंदे जो बजुर्ग छड़ के फट तो वह भी लेंदे तुसीं सारा कुछ दस दोगे कितों लैके आने की आ 25-30 बंदे कोई गल कितों बापू साढ़े एरिए कित आ नहीं जी सानू तो मिलते नहीं कितों मतलब असं रोडों से तुरे फिरते हैं एकण बंद सामने एकण सानू कदे नहीं मिलता भी कोई किसी के घर आप बागे हो कहने मझा बन बढ़ देना साढ़िया कितने बढ़ देता बेचारा किड़ा शरीफ बंदा है बस यार ब्रदर मतलब देखो झूठ कि करो फोन नहीं जा पटियाले लिशकाणी पिंड तो आए जानते हो तुसीं धन्नवाद वीरे सरपंच साहब करियो जी फोन कोई नहीं वाहेगुरु सच्चा पातशाह हरप्रीत सिंह उरी आ जा भीरे जाई ना देख लिया के दी कि उरी आ यार हद कर दिया हले जगतपुरी है सर हाँ जी हाँ उरी आए हुए हैं करमजीत सिंह पुत्र गुरदयाल सिंह नहीं हरप्रीत हरप्रीत सॉरी हाँ जी स्कूल दे कोले मुड़ के इन्हां दा घर स्कूल दे लवे घर आ ना जी उन्होंने घर आए हैं तुम इतनी आ जाओ प्लीज तुम बंदा दिखाइए इन्होंने को एक बंदा रखे हुआ जिन्होंने संगल ला के रखते हैं बड़ी बेरहमी नाल काम कराते हैं तो असी इस तरह के जिन्हों के जुलम हों उ बंदे छड़ा आ जाओ जी सर आ जाओ ते मतलब हजे भी बाई उन्हें बापू जी उन्हें मन नहीं रहे जी तुम एक मेरी गल सुन भीरे तू इतनी क्यों बना कमरे क्यों नहीं पाँदा उधर हाँ जी कमरे पालिया कर जे तेन इतने मजा पड़ता है नहीं क्यों चला पखा तू उधर कमरे च पा इंसान नजायज किसी का धूप ती पुत क्यों बांधे थोड़े को अधिकार नजायज नहीं बांधे वेख लो कट्टी की लात खाना यार थोड़ा मतलब की बनता किसी का पुत घरे लिया संगल लाने का जाता ही नहीं मैं नहीं जाना फिर सीधा हद होगी तुसी हद होगी तू आप कह हजे भी नहीं मजनू बड्या ने मजनू बड्या फेदा इलाज कराया तन्नू पता भी मानसिक तौर ते परेशान है तू ये काम के मैं नहीं पता मालूम नहीं आ जांदा चल एक मिनट पहला ना बुजुर्ग हां जी जेड़ा पहला बुजुर्ग छड़ के ओ किथे छड़ के आ पहला बुजुर्ग आश्रम च आ किथे छड़ के आ ओथे हैगा अमृतसर मैं कोई नहीं किथों लेके आए थे ओ लेके नहीं आए ओ भी बुए गाड़ी आया है अच्छा तन्नू फिर तुसी उन्हें किन्नू दे आए हो ओथे आश्रम की कह के देखे की कह के देखे की कह के देखे जिन्ने भी अमृतसर जिले चो तुसी देखिया सी किन्ने बंदे छड़ाए रोपड़ एरिया दे विचों अमृतसर चो तरन तारण साहब च किन्ने ने उधर गुरदासपुर किन्ने ने हुशियारपुर बई मनजोत होनी लगे हुए ने तुसी एक चीज देखियो जदों अज तो असी 3-4 साल पहला शुरू होए थे उदों हालात बहुत भयानक मिलते थे बंद एक तो बंद नोड़े एक दिन नमा भी देंगे 5-6 महीने बाद दूजी गल जोड़े पुराने बंद लोगों के रखे पे ने मैं अमृतसर जिले की गल कर रहा इतने भी यही गल पुराने बंद चेंज करता मतलब जोड़े 10-10 साल तो रखी बैठे थे नवे क्यों रख ले भी जेकर जाँच पड़ताल होंगी है यह क्लीयर हो जाऊ साढ़े को 6 महीने साल तो कोई 2 महीने तो कोई 3 महीने तो भी जो सूँ यदि तनखा देनी पी कोर्ट तो 6 महीने तो देनी पू मतलब 10 साल तो रख्या वा उन्होंने चेंज करके होर बंदे ले आते अमृतसर के मैं कहना 50 बंद परिवार की डिटेल दे सकते हैं
जिन्हों के घर पहले 20-22 साल तो एक बुजुर्ग रहिंदे सीगे, मतलब नौजवान ऐ फड़ के लैके आए तो बुजुर्ग होने तक उन्होंने छड के नवे बंदे लिया के रख ले। क्यों भी जेकर सोसायटी वाले आए कहे इस तरह हूने लैके आए जिमें बई कहना 3 महीने तो खबर मरे गया हो बुजुर्ग जी, खबर मरे गया हो चाहे 1 मिनट जे ये मर जाता कि कर देता। मैं कोई गलत काम नहीं किया, मैं छड के भी आ सकता हाँ, मेरे घर रहा 6 महीने कमाल करी जाना यार, झूठ बोली जाना सारे सामने यार। नील कट ले, 3 महीने सारे होए ना, नील कट ले आ जिथे भी जाने हाल होंगे दिखाई भी अटन जा पाया बुरे का देख ली अल जुड़े तो पैने बाल लो हाथ ला के देख लो आप पता लग जूगा। हजे भी बंदे मतलब मन नहीं रहे है गलती हजे भी मतलब कहें भी असं मतलब चलाक हाँ साड़ी तो मझ बढ़ दूगा ये को पता नहीं 1K47 या गंडासा ये को परे रहो सारे जने भाई आ थोड़े थोड़े नाल वाहेगुरु वाहेगुरु वाहे चलाकी सुन लो 1 मिनट चलाकी सुन लो आ फोड़े दे नाल जी मज्जां बढ़ दूंगा। आ देखो बापू जी तुसीं कहंदे वी इहदे नाल मज्जां बढ़ दूंगे कोई, तुसीं बापू जी संगल लाउंदे हो, तुसीं ते तुहाडा बेटा संगल लाउंदे हो। देखो साडी किसे नाल दुश्मनी नहीं हैगी पर साडी उहदे नाल दुश्मनी, उहदे नाल साडा इतराज आ जिहड़ा किसे मासूम दे संगल लाउंदा। मारदे इहनूं रोटी देने सब सारे। देखो बेबे जी तुसीं उधर जाओ अपना काम कर लो, बाई जी 1 मिनट तुसीं 10 जने खड़े हो, बापू ने 1 मिनट बापू ने कहा असीं मारदे नहीं, असीं तुहानूं प्रूफ देवांगे फिर मन जू। बापू कहिंदा असीं संगल नहीं लाउंदे, एक लत्त नूं इहदे विच दी संगल पा के ठीक है, एक लत्त नूं आ उरे खोल ली ते असीं इहदा भी प्रूफ दिंदे आ, हुण दिखा पांगे किहनूं जिहड़ा मतलब बंदा कोई मोधवाल होवे 2-4 पिंड टप के बुला लिया किसे पिंड दे बंदे नूं नहीं दिखा सकदे असीं, क्योंकि जिहड़ा बंदे सानूं इतलाहां दिंदे ने पिंडां च साडे कोल 4-5 हज़ार बंदे दी इतलाह सी, किसे दे दुश्मनी नहीं पाउणी हैगी, चाहे लख हो सत चाहे छड़ाई ना जाण बंदे किसे दी दुश्मनी नहीं पाउणी। पर आ 2-3 गल्लां दे असीं प्रूफ दिंदे आ, तीजी जिहड़ा बजुर्ग गया सानूं प्रूफ देण किथे मारे इहनां ने, ओह जिहड़ा तुसीं पहलां रख्या बाती मतलब इदां ही इह मर जू चक इहनूं तेल दे उत्थे नहर दे विच होर की आ वीरे, अंबर ते ओह सदा ही घाल दिंदे चल जा, पर उहनूं मैं टिकाणे लाया मराठी ओहदी भाषा जे ओ बई ओए आ पिंड सारा कुछ दसूगा तू खड़, तेनूं तेनूं भी नाल दस्या होऊगा क्यों नहीं पहुंचाया करे, जेकर तेनू फड़ ले कोई तेरे मां बाप की सोचण, उहनूं पता ही कोई नहीं, उहनूं भी नहीं पता कुछ। अच्छा मैं तेनूं कह दे रहा भी तुसीं 6 महीने रह लोगे, हाँ जी तुसीं रह लोगे 6 महीने, बुजुर्ग ਬਜ਼ੁਰਗ ਤੁਸੀਂ ਕੱਲਾ ਡਾਂਗ ਮਾਰਨ ਦੀ ਰੱਖਿਆ ਵਾ, ਸਾਹਬ ਆਉਣ ਲੱਗਾ ਨਾ ਪੁੱਛ ਲਓ, ਕੱਲਾ ਬਜ਼ੁਰਗ ਡਾਂਗ ਮਾਰਨ ਦੀ ਰੱਖਿਆ ਵਾ ਤੁਹਾਨੂੰ, ਸਾਡੇ ਕੋਲੇ ਜੇ ਪ੍ਰੂਫ ਆ ਤਾਂ ਹੀ ਅਸੀਂ ਪਟਿਆਲੇ ਤੋਂ ਆ ਗਏ ਸੀ, ਉਹੀ ਕਿਸੇ ਦੇ ਘਰੇ ਕਿਵੇਂ ਆ ਜਾਗੇ, ਤੇ ਨਾਲੇ ਸਾਨੂੰ ਸਾਡਾ ਸ਼ੌਂਕ ਹੈ ਕਿਸੇ ਨਾਲ ਦੁਸ਼ਮਣੀਆਂ ਪਾਈ ਜਾਈਏ ਅਸੀਂ ਯਾਰ, ਵਾਧੂ ਦੀ ਦੁਸ਼ਮਣੀਆਂ ਪਾਈ ਜਾਈਏ। ਪਰ ਬਾਈ ਯਾਰ ਜਿਹੜਾ ਕਿਸੇ ਦੇ ਸੰਗਲ ਲਾਊਗਾ ਨਾ ਜੇ ਅਸੀਂ ਗਲਤ ਸਾਡੀ ਸੰਗਤ ਗਰਦਨ ਵੱਢ ਦੇਵੇ, ਪਰ ਜਿਹੜਾ ਗਲਤ ਆ ਨਾ ਸਾਡਾ ਲੋਕ ਸਾਥ ਦੇ ਰਹੇ ਨੇ ਸੰਗਤ ਸਾਥ ਦੇ ਰਹੀ ਆ ਤੇ ਅਸੀਂ ਤਾਂ ਬਾਈ ਵਾਰ ਲੜਾਂਗੇ, ਪਰਚੀ ਵੀ ਕਰਾਵਾਂਗੇ ਤੇ ਠੋਕ ਕੇ ਕਿਹਨੇ ਕਰਾਵਾਂਗੇ। ਤੁਸੀਂ ਯਾਰ ਹੈਰਾਨ ਕਰਦੇ ਹੋ ਕਿਉਂ ਸਾਨੂੰ ਦਾਗ ਲਾਉਂਦੇ ਹੋ ਪੰਜਾਬ ਨੂੰ, ਕਿਉਂ ਦਾਗ ਲਾਉਂਦੇ ਹੋ, ਕੁਸ਼ਕ ਬੰਦਿਆਂ ਨੇ ਸਾਨੂੰ ਮਤਲਬ ਬਦਨਾਮ ਕਰਤਾ ਇੰਨਾ ਜ਼ਿਆਦਾ ਸਾਨੂੰ ਯਾਰ, ਯਾਰ ਕਮਾਲ ਕਰਦੇ ਹੋ ਤੁਸੀਂ, ਕੀ ਹੱਦ ਕਰਤੀ ਯਾਰ, ਮੇਰੀ ਸੁਣ ਗੱਲ ਅਸੀਂ ਕਿਹੜੇ ਵਿਹਲੇ ਬੈਠੇ ਸਾਰਾ ਦਿਨ ਕੰਮ ਹੀ ਕਰਦੇ ਹੋ। ਉਹ ਯਾਰ ਤੂੰ ਤਾਂ ਕਰ ਤੇਰਾ ਕੰਮ ਆ, ਇਹ ਕਿਉਂ ਕਰੇ ਤੇਰਾ ਕੰਮ, ਇਹਦੇ ਲਈ ਕਰਦਾ ਇਹਦੇ ਲਈ ਤਾਂ ਨਹੀਂ ਕਰ ਰਿਹਾ, ਨਹੀਂ ਜਾਂਦਾ ਇਹਨੂੰ ਆਨੇ ਜਾ ਚੱਲ ਜਾ, ਨਹੀਂ ਚੱਲ ਦੂਜੀ ਗੱਲ ਇਹਨੂੰ ਤਨਖਾਹ ਤਨਖੂ ਵਾਲਾ ਕੀ ਚੱਕਰੇ ਦਾ ਦਿਖਾਇਓ ਮੈਨੂੰ, ਕੋਈ ਖਾਤੇ ਖੁੱਤੇ 'ਚ ਪਾਉਣੇ ਦਿਖਾਇਓ ਕਿ ਨਹੀਂ, ਐਵੇਂ ਤੁਹਾਨੂੰ ਝੂਠ ਨਹੀਂ ਮਾਰਨਾ, ਤਨਖਾਹ ਤਨਖੂ 3 ਮਹੀਨੇ ਜੇ ਹੋਏ ਆ, ਹਾਂ ਤੈਨੂੰ ਪੈਸੇ ਇਹ ਦੇ ਕੇ ਪੈਸੇ ਵੀ ਆਂਦੇ ਚੱਲ ਜਾ ਲੈ ਜਾ, ਹਾਂ ਤੇ ਨਹੀਂ ਇਹ ਜਾਂਦਾ। ਅੱਛਾ ਕਿੰਨੀ ਕਦੋਂ ਕਿਹਾ ਤੀ ਇਹ ਗੱਲ, हले मतलब रंग ढंग देख लीए जी संगत जी, साडे कोले सारी डिटेल आ, असीं एक एक चीज मतलब प्रशासन के मूहरे रख देंगे, पिंड के बंदे नूं नहीं दिखा सकते सुना सकते, किसी की लड़ाई नहीं असीं पाउणी हैगी,
सरपंच साहब की मौजूदगी बंदा लेके जाना था ने इन्हों दोनों से फिर कार्रवाई करवाने जो मनती नहीं मनण का सही भी असं संगल लाने और फिर तो गल होर भी थी संगल दो उरे कितने जी लिया के आ संगल दो मज वाली खोल के लिया बापू उरे सेवा होंगी वीर दी टुटे पे मंजे ते यार मैं आ गया ना वो किसी का धी पुता वो भीर धी पुता किसी का तो पुता किसी माँ ने नौ महीने पेट च रख के अंदर कढ़ के बाहर रखी उन्हें आउरी लिया के हाँ कोई ना जी एक मिनट मतलब बढ़िया ये बंदे का कसूर पता की आ मैं कहना आप इन्हों कुट दें बेचारे होर पता की कसूर है इन्हों का बेचारे का ये मंद बुद्धि ने बेचारे आ कसूर आ बस यही कसूर है इन्हों का यार तुम हद कर दो यार ਤੁਸੀਂ ਆਪਦਾ ਬੰਦਾ ਰੱਖੋ ਇਹਨੂੰ ਰੱਖਿਆ ਦੀ ਇਹਦੇ ਮਤਲਬ ਮਾਂ ਬਾਪ ਲੱਭੋ ਉਹਦੇ ਘਰੇ ਗੱਲ ਕਰਾਓ ਕੋਈ ਤਨਖਾਹ ਦਿਓ ਉਹਦੀ ਸਾਂਭ ਸੰਭਾਲ ਕਰੋ ਸੰਗਲ ਦਾ ਕੀ ਮਤਲਬ ਆ ਤੁਸੀਂ ਤਾਂ ਸੇਵਾ ਕਰੋਗੇ ਤਾਂ ਵੈਸੀ ਨਹੀਂ ਭੱਜਦਾ ਤੁਹਾਡੇ ਕੋਲੋਂ ਬਾਈ ਜੀ ਸਾਡੇ ਕੋਲ 60 ਤੋਂ 70 ਮੈਂਬਰ ਸੰਸਥਾ 'ਚ ਨੇ ਅਸੀਂ ਸੰਗਤ ਨੂੰ ਵੀ ਕਹਿੰਦੇ ਹਾਂ ਸਾਡੇ ਕੋਲ ਹਰੇਕ ਹਫ਼ਤੇ ਹਰ ਰੋਜ਼ 20-30 ਜਾਣੇ ਸੰਗਤ ਵਿਜ਼ਿਟ ਕਰਦੀ ਆ ਕਿਸੇ ਇੱਕ ਦੇ ਸੰਗਲ ਲੱਗਿਆ ਦਿਖਾਈ ਉਹ ਤੋਂ ਨਹੀਂ ਜੀ ਇਹਦੇ ਕੱਟੀ ਦਾ ਲਿਆ ਲਿਆ ਇੱਥੋਂ ਖੋਲ ਕੇ ਲਾਉਂਦੇ ਨੇ ਇਹ ਮੈਨੂੰ ਪਤਾ ਮੈਂ ਦਿੰਦਾ ਪ੍ਰੂਫ ਇਹਨਾਂ ਨੂੰ ਆ ਜਿਹੜੇ ਫੋਨ 'ਚ ਵੀਡੀਓ ਬਣਦੀ ਆ ਤੈਨੂੰ ਇਸੇ 'ਚ ਦਿੰਦਾ ਦਿਖਾਉਣਾ ਤੈਨੂੰ ਵੀ ਕਿੱਥੇ ਲੱਗਦਾ ਆ ਤੁਹਾਡੇ ਬਜ਼ੁਰਗ ਨੇ ਕੱਲ੍ਹ ਪਰਸੋਂ ਦੀ ਉਹ ਗੱਲ ਆ ਇੱਥੇ ਇਹਦੇ ਡੰਡਾ ਮਰਿਆ ਰਿੜਾ ਸੈੱਟ ਕਰਦਾ ਸੀਗਾ ਇਹਨੂੰ ਵਿਚਾਰੇ ਨੂੰ ਰੋਟੀ ਵੀ ਨਹੀਂ ਖਾਣ ਦਿੱਤੀ ਰੋਟੀ ਖਾਂਦੇ ਖਾਂਦੇ ਹੀ ਭੂਕਣਾ ਜਿਹਾ ਬਣਾਇਆ ਵਾ ਇੱਕ ਨੇ ਖਾਂਦੇ ਖਾਂਦੇ ਲਿਆ ਕੇ ਸੰਗਲ ਮਾਰਤਾ ਉਹ ਮੈਂ ਹੈਰਾਨ ਹਾਂ ਕਹਿੰਦੇ ਇਹਦੇ ਨਾਲ ਲੱਤ ਵੱਢ ਦਿਉਂਦਾ ਲੈ ਦੱਸ ਯਾਰ ਹੱਦ ਕਿੰਨੇ ਕੁ ਤੁਹਾਡੇ ਪਿੰਡ ਵੱਢਤੀਆਂ ਲੱਤਾਂ ਨੇ ਕਿੰਨੀਆਂ ਕੁ ਵੱਢਤੀਆਂ ਬਾਬਾ ਜੀ ਵੇਖੋ ਤਾਂ ਸਹੀ ਆ ਹੈ ਬਾਈ ਤੁਹਾਡੇ ਪਿੰਡ ਵੱਢੀਆਂ ਨੇ ਲੱਤਾਂ ਕਿਸੇ ਦੀਆਂ ਯਾਰ ਮੱਝ ਦੀ ਲੱਤ ਵੱਢਣੀ ਸੌਖੀ ਪਈ ਆ ਤੈਨੂੰ ਮੌਜ ਲੱਗੀ ਪਈ ਸੀ ਤੇਰੇ ਮੱਖਣ ਜੀਨ ਪਾਈ ਵੀ ਆ ਇਹਨੂੰ ਮੌਜ ਤੀ ਹਰਪ੍ਰੀਤ ਸਿੰਘ ਨੇ ਮੱਖਣ ਜੀਨ ਪਾਈ ਵੀ ਆ ਉਹ ਵਿਚਾਰਾ ਬੈਠਾ ਪਾਟੇ ਵੇ ਕੱਪੜੇ ਆਹਦਾ ਰਿਵਾਜ ਆ ਤੂੰ ਸਾਫ਼ ਸੁਥਰਾ ਖੜਾ ਉਹ ਬੰਦਾ ਫੱਟੇ ਲਾ ਰਿਹਾ ਤੀ ਰੂੜੀ ਦੇ ਉੱਪਰ ਕਿਉਂ ਕਿਉਂਕਿ ਬਜ਼ੁਰਗ ਖੜਾ ਤੀ ਡਾਂਗ ਲਈ ਹੁਣ ਨੀਰਾ ਵੱਢਣ ਜਾਣਾ ਤੀ ਜਾਣਾ ਤੇ ਕਿ ਨਹੀਂ ਜਾਣਾ ਜਾਦੇ ਪੱਠੇ ਵੱਢਣ ਜਾਣਾ ਤੇ ਕਿ ਨਹੀਂ ਜਾਣਾ ਪੱਠੇ ਸ਼ਾਮ ਨੂੰ ਆ ਜਾਂਦਾ ਬਿਲਕੁਲ ਜਾਂਦਾ ਨਾਲੇ ਇਹ ਮੂਹਰੇ ਤੋਰਿਆ ਵਾ ਹੁੰਦਾ ਉਹ ਉੱਪਰ ਬੈਠੇ ਹੁੰਦੇ ਨੇ ਪ੍ਰਧਾਨ ਜੀ ਨਹੀਂ ਹੁੰਦੇ ਤਾਂ ਦੱਸ ਮੈਨੂੰ ਬੈਠੇ ਨੂੰ ਤੇ ਦੱਸ ਦੇ ਚੱਲ ਜੇ ਗਲਤ ਆ ਆ ਕੱਲੇ ਦੇ ਪਰਸੋਂ ਲਾਲ ਟੀ ਸ਼ਰਟ ਪਾਈ ਵੀ ਜਦੇ ਲਾਲ ਟੀ ਸ਼ਰਟ ਲਿਆ ਕੱਢ ਹੈਗੀ ਤੇ ਲਾਲ ਟੀ ਸ਼ਰਟ ਲਾਲ ਜੀ ਦੀ ਖਾਨੀ ਲਾਈਟ ਜੀ ਦੀ ਮੈਂ ਤੈਨੂੰ ਉਹ ਵੀ ਦਿਖਾ ਦੂੰਗਾ ਲੈ ਸੰਗਤ ਜੀ ਇਹ ਰੇੜੇ ਨੂੰ ਜਿਹੜਾ ਰੇੜਾ ਤੁਹਾਨੂੰ ਦਿਖਾਉਣ ਲੱਗਿਆ ਉਹਦੇ ਵਿੱਚ ਬੱਛਾ ਜੋੜਿਆ ਵਾ ਹੁੰਦਾ ਬੱਛੇ ਨੂੰ ਇਹ ਖਿੱਚਦਾ ਮੂਹਰੋਂ ਤੋੜਦਾ ਅਤੇ ਉਹ ਮਤਲਬ ਪ੍ਰਧਾਨ ਜੀ ਇਹਨਾਂ ਦੇ ਪਿਤਾ ਜੀ ਸ਼ਹਿਨਸ਼ਾਹ ਬਣ ਕੇ ਉੱਪਰ ਬੈਠਦੇ ਨੇ ਮਤਲਬ ਨੀਰਾ ਇੱਥੋਂ ਪੱਠੇ ਬੜਾ ਕੇ ਲੈ ਕੇ ਆਉਂਦੇ ਨੇ ਹੈਂ ਉੱਥੇ ਵੀ ਲਾਉਂਦੇ ਹੋਣਗੇ ਜ਼ਿਆਦਾਤਰ ਉਰੇ ਲਾਉਂਦੇ ਨੇ ਹੁਣ ਯਾਰ ਨਹੀਂ 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 ਉਰੀ ਲਾਉਂਦੇ ਨੇ ਉਰੀ ਇੱਥੇ ਹੀ ਸੰਗਲ ਲਾਉਂਦੇ ਨੇ ਯਾਰ रसोई चो लिया चाके एडा कूड़ा नहीं होने तू मेन देखो हम अपनी रसोई चो लैन जाऊगा इन्हों को ना संगत जी इन्हों को दरिंदा को इस बंदे का एक भी बर्तन प्रशादे वाला नहीं है जो साढ़े को प्रूफ है बंदा ना अजो तुम दसा मैं आज आज दसा जा आया दस एक मिनट ये ना उरे भाई पता की होया ये ना संगत जी इनू ना चकदा चकदा कित उरे इतने मतलब इन्हें भूकना बना लिया प्रशादे का इधर हटो मर जा एक मिनट जी जो तो भूकना जहा बना लिया उरे आके मतलब प्रशादा छकन लिए बर्तन नहीं है इन्हों को हजे झूठ बोलते हैं ठीक है ना उस तो बाद उरे आके ना मतलब इस बंदे ने बेचारे ने इन्हें एक भूकना जहा खा लिया तो बापू ने ये कपड़िया हाथ तक नहीं लाता बापू आ बजुर्ग डंडे नाले चाके ना खुली चो डंडे नाले चाके बिस्तरा बिछा दिता मैं तुम्हें तो सारिया गलों के प्रूफ दूंगा जी मतलब तुम साढ़े को संस्था च आ जाओ थोनू आ जड़िया गल् अं भीडियो बोलते हैं सारिया गलों दिखावे संगत को पर असं दिलों धन्यवाद करते सारे भैन भरावान का यूथ का आ लो जी आ थाल पेश कर उन्होंने प्रशादे वाला लो जी लो जी आ थाल पेश करता जी ये बंदा साढ़ा ये प्रशादा छकता लो
देखियो संगत जी माड़ा जहा संगत को जरूर एक बार मेरे कहते स्क्रीन पर टच करके दिखा दो क्योंकि आप संगत को यह जगाना चाहते हैं और असं दिलों धन्यवाद करते हैं सारे यूथ का सारे भैन भरावान का तुम सा सपोर्ट करते हो ता ही साड़ी एड्डी जरूरत पै जाती है किसी के घर आने की नहीं किसी के घर आना खाला जी का बाड़ा नहीं जी ये महाराज मेहर करता सच्चे पातशाह वाहेगुरू सच्चे पातशाह वाहेगुरू सानू सच्चाई ते रखे किरदार दे देवे ते गरंटी ना कहना तुसी दसो किहदे घर बंदा फड़े सी छड़ा के लैके आवांगे महाराज ने जे सानू किरदार ना दिता फिर आ रब रूपी रूहां नाल नहीं खड़िया जाना महाराज साढ़े ते मेहर करन सानू होर तरस खाण इहो जे बंदे नूं छड़ा सकीए भाई इधर आओ मेरी बात सुनो आपका गाँव कौन सा है कहाँ के रहने वाले हो हमने तो आपको आपके मम्मी पापा के पास पहुंचाना है आपके पिताजी का क्या नाम है आपके पिताजी परेशान हैं माताजी परेशान हैं उन्होंने बोला मेरा बच्चा कहाँ चला गया उनको ढूंढ कर लाओ हम तो आए हैं अच्छा आपको मारता है कोई मुझे मुझे बता दो आपको मारता है कोई मुझे बताओ डरो मत मेरी बात सुनो उधर मत देखो मुझे ये बताओ आपको मारता है कोई भाई मेरी डरो मत आपको मारता है कोई धीरे से बता दो मैं डरो मत मैं आपकी मदद लिए आया हूँ बताओ आपको मारता है कोई भाई मारता है आपको कोई हाँ या ना बोल दो इधर आ जाओ थोड़ा आगे आ जाओ कोई बात नहीं आ जाओ इधर आ जाओ इधर आ जाओ मैं आपको ना एक मिनट वीडियोस दिखाता हूँ आपकी इधर आइए देखिए मैं आपको एक वीडियो दिखाऊँगा आप उस वीडियो को देखना देखिए ये देखिए ये देखिए मैं एक मिनट आपको दिखाऊंगा भाई रोने लग गए आप रो रहे ये देखिए जी आपको संगल लगा रहा है ना बाबू यहाँ पर और संगत जी है ना वीर डरदा मारा बोल नहीं रहा जी सरपंच साहब नू बुलाया वा पहला सी सरपंच साहब नू कॉल ता नहीं करते जी दो तीन सवाल होंगे ने संगत दे भी भाई तुसीं पहला प्रशासन का नंबर तुहाडे कोल क्यों नहीं हुंदा तुसीं उरे आके क्यों मंगदे हो उहदे कारण हुंदे ने संगत जी ਉਹ ਜਦੋਂ ਤੁਸੀਂ ਸਾਡੇ ਕੋਲ ਆਉਂਗੇ ਤੁਹਾਨੂੰ ਸੰਸਥਾ 'ਚ ਸਮਝਾਵਾਂਗੇ ਵੀ ਉਹ ਕੀ ਕਾਰਨ ਹੁੰਦੇ ਨੇ ਸਾਡੇ ਕੋਲ ਪ੍ਰਸ਼ਾਸਨ ਦਾ ਵੀ ਨੰਬਰ ਆ ਗੱਲ ਵੀ ਕੀਤੀ ਵੀ ਆ ਅਤੇ ਸਾਡੇ ਕੋਲ ਸਰਪੰਚ ਸਾਹਿਬ ਦਾ ਵੀ ਨੰਬਰ ਆ ਅਸੀਂ ਪਹਿਲਾਂ ਕਿਉਂ ਨਹੀਂ ਕਾਲ ਕਰਦੇ ਵੀ ਕਿਤੇ ਬੰਦਾ ਉਹਨਾਂ ਪਰ ਆਉਣਾ ਜਦੋਂ ਅਸੀਂ ਬੰਦੇ ਨੂੰ ਆਇਆ ਫੜ ਲੈਣਾ ਫਿਰ ਕਾਲ ਕਰਨੀ ਆ ਪ੍ਰਸ਼ਾਸਨ ਨੂੰ ਜਾਂ ਫਿਰ ਕਾਲ ਕਰਨੀ ਆ ਪਰ ਸਰਪੰਚ ਸਾਹਿਬ ਇਹ ਸਾਡੀ ਮਜਬੂਰੀ ਆ ਪਰ ਅਸੀਂ ਚਾਹੁੰਦੇ ਹਾਂ ਤੁਸੀਂ ਸਾਰੇ ਭੈਣ ਭਰਾ ਜਾਗਰੂਕ ਹੋਵੋ ਇਹ ਤਰਨ ਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਖੜ੍ਹੇ ਅਸੀਂ ਬਾਬਾ ਵੀਰ ਬਾਬਾ ਬੁੱਢਾ ਸਾਹਿਬ ਜੀ ਦੇ ਧਰਮ ਗੁਰੂ ਘਰ ਦੇ ਬਿਲਕੁਲ ਨਾਲ ਹਾਂ ਜੀ ਅਸੀਂ 2 ਕਿਲੋਮੀਟਰ 'ਤੇ ਆਜਾ ਵੀਰੇ ਮੈਂ ਤੈਨੂੰ ਮਾੜਾ ਜਿਹਾ ਸਰਪੰਚ ਸਾਹਿਬ ਨੂੰ ਲਾਵਾਂ ਇੱਧਰ ਨੂੰ ਆਜਾ ਪੁੱਤ ਲੱਤ ਤਾਂ ਨਹੀਂ ਮਾਰੂਗੀ ਮੱਝ ਤੇਰੀ ਸਰਪੰਚ ਸਾਹਿਬ ਠੀਕ ਹੋ ਠੀਕ ਠਾਕ ਜੀ ਅਸੀਂ ਨਾ ਜੀ ਲਚਕਾਣੀ ਪਿੰਡ ਤੋਂ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਡਾ ਜੀ ਲਚਕਾਣੀ ਪਿੰਡ ਆ ਜੀ ਪਟਿਆਲੇ ਜ਼ਿਲ੍ਹੇ 'ਚ ਜੀ ਅਸੀਂ ਇੱਕ ਸੰਸਥਾ ਚਲਾਉਂਦੇ ਹਾਂ ਜੀ ਇਹ ਜਿਹੜਾ ਵੀਰ ਆ ਜੀ ਮਤਲਬ ਇਹਦੇ ਇਹ ਬੰਦੇ ਬਜ਼ੁਰਗ ਸੰਗਲ ਲਾ ਕੇ ਰੱਖਦੇ ਨੇ ਸਾਡੇ ਕੋਲ ਵੀਡੀਓ ਫੋਟੋ ਜੇ ਸਾਰਾ ਕੁਛ ਆ ਮਤਲਬ ਜੋ ਅਸੀਂ ਬੋਲਿਆ ਅਸੀਂ ਮਤਲਬ ਕਿੱਦਾਂ ਦੇ ਬੰਦਿਆਂ ਨੂੰ ਛੁਡਾਉਂਦੇ ਹਾਂ ਜੀ ਦੇਖੋ ਸਾਡਾ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਅਸੀਂ ਇਹਨਾਂ ਨੂੰ ਜਾਣਦੇ ਵੀ ਨਹੀਂ ਸੀਗੇ ਅਸੀਂ ਮਤਲਬ ਰਾਤ 12 ਵਜੇ ਦੇ ਚੱਲੇ ਪਿਆ ਜੀ ਤੁਹਾਨੂੰ ਅਸੀਂ ਰਾਤ ਤਾਂ ਨਹੀਂ ਫੋਨ ਕਰਿਆ ਪਹਿਲਾਂ ਸਾਨੂੰ ਐਂ ਹੁੰਦਾ ਵੀ ਚਲੋ ਪਿੰਡ ਦਾ ਮਸਲਾ ਵੀ ਜਾ ਕੇ ਹੀ ਦੱਸੀਏ ਪਹਿਲਾਂ ਬੰਦਾ ਇੱਕ ਵਾਰੀ ਆਪਣੀ ਨਿਗਾਹ 'ਚ ਕਰ ਲਈਏ ਫਿਰ ਸਰਪੰਚ ਸਾਹਿਬ ਨੂੰ ਬੁਲਾਈਏ ਫਿਰ ਜੇਕਰ ਕੋਈ ਐਸੀ ਗੱਲ ਆ ਕਾਰਵਾਈ ਕਰਵਾਈਏ ਜੇ ਕੋਈ ਐਸੀ ਗੱਲ ਆ ਜਿਵੇਂ ਵੀ ਮਤਲਬ ਨਿਬੜਦਾ ਉਹ ਤੁਸੀਂ ਮੁੱਧਵਾਰ ਹੋ ਜੀ ਇਸ ਬੰਦੇ ਤੋਂ ਕੀ ਕਰਦੇ ਨੇ ਜੀ ਪਹਿਲਾਂ ਇਹਨਾਂ ਕੋਲ ਇੱਕ ਬਜ਼ੁਰਗ ਸੀਗਾ ਜੀ ਸਰਪੰਚ ਸਾਹਿਬ ਉਹ ਬਜ਼ੁਰਗ ਜਦੋਂ ਉਹ ਬਾਪੂ ਵਰਗਾ ਹੋ ਗਿਆ ਮਤਲਬ ਇਹਨਾਂ ਨੇ ਉਹ ਰੱਬ ਜਾਣੇ ਕਹਿੰਦੇ ਨੇ ਅਸੀਂ ਆਸ਼ਰਮ 'ਚ ਭਰਤੀ ਕਰਾਏ ਪਰ ਸਾਨੂੰ ਲੱਗਦਾ ਨਹੀਂ ਵੀ ਆਸ਼ਰਮ 'ਚ ਕਰਾਇਆ ਉਸ ਤੋਂ ਬਾਅਦ ਇਹਨਾਂ ਨੇ ਆਹ ਫਿਰ ਕਿਤੋਂ ਪੈਦਾ ਕੀਤਾ ਜੀ ਕਿਤੋਂ ਇਹ ਲਿਆਂਦਾ ਫੜ ਕੇ ਇਹ ਬੰਦਾ ਸਾਰਾ ਕੰਮ ਕਰਦੇ ਤੁਸੀਂ ਦੇਖ ਰਹੇ ਹੋ ਮੱਝਾਂ ਸਾਰਾ ਇਕੱਲਾ ਕਰਦਾ ਕੰਮ ਕਰਨਾ ਡਰ ਨਹੀਂ ਹੈਗਾ ਕੋਈ ਡਰ ਪਤਾ ਕਿਸ ਚੀਜ਼ ਦਾ ਜੀ ਇੱਕ ਤਾਂ ਇਹਦੀ ਨੋ ਪੇ ਕੋਈ ਇਹਦੀ ਤਨਖਾਹ ਨਹੀਂ ਜੀ ਸਿਰਫ ਇਹ ਫ੍ਰੀ ਦੇ ਵਿੱਚ ਉਹਦੇ ਸਰਪੰਚ ਸਾਹਿਬ ਕੰਮ ਕਰਾ ਲੈਣੇ ਦੂਜੀ ਗੱਲ ਜਿਹੜੀ ਦਰਿੰਦਗੀ ਗੱਲ ਜਿਹੜੀ ਅਸਲ ਗੱਲ ਦਰਿੰਦਗੀ ਆ ਇਸ ਬੰਦੇ ਤੋਂ ਸਰਪੰਚ ਸਾਹਿਬ ਪ੍ਰਸ਼ਾਦੇ ਲਈ ਇੱਕ ਵੀ ਇਹਨਾਂ ਕੋਲ ਬਰਤਨ ਨਹੀਂ ਇਹਨੂੰ ਪ੍ਰਸ਼ਾਦਾ ਮਤਲਬ ਮੂੰਹ ਜ਼ਬਾਨੀ ਇੱਕਣੇ ਛਕਾਇਆ ਜਾਂਦਾ ਇਹਨਾਂ ਕੋਲ ਇੱਕ ਥਾਲ ਸੀਗਾ ਜਿਹੜਾ ਇਹ ਮਤਲਬ ਕਹਿੰਦੇ ਨੇ ਵੀ ਕੋਸ਼ਿਸ਼ ਮਤਲਬ ਛੋ ਸਕਦਾ ਸੀ ਅਸੀਂ ਇੱਕ ਮਿੰਟ ਜੀ ਆਪਦੀ ਰਸੋਈ ਤਾਂ ਬਾਪੂ ਜੀ ਤੁਸੀਂ ਰੱਖਣੋ ਰਹੇ ਭਾਂਡੇ ਦੇ ਇਹ ਕੀ ਕਰਦੇ ਨੇ ਸਰਪੰਚ ਸਾਹਿਬ ਉਰੇ ਨਾ ਜੀ ਮੰਜਾ ਲਾ ਕੇ ਇੱਥੇ ਇੱਕ ਤਾਂ ਜੀ ਸੰਗਲ ਕੱਢਦੇ ਨੇ ਇਹਦੇ ਵਿੱਚ ਦੀ ਆ ਮੋਰੀ ਵਿੱਚ ਦੀ ਇੱਕ ਲੱਤ ਨੂੰ ਜੀ ਮਤਲਬ ਜੇ ਤੁਸੀਂ ਮੰਨੋ ਇੱਧਰ ਨੂੰ ਸਿਰ ਇੱਧਰ ਨੂੰ ਮੇਰੇ ਲੱਤਾਂ ਇੱਕ ਲੱਤ ਨੂੰ ਸੰਗਲ ਲਾਉਂਦੇ ਨੇ ਇਹਦੇ ਵਿੱਚ ਦੀ ਕੱਢ ਕੇ ਜੀ ਦੂਜੀ ਲੱਤ ਨੂੰ ਲਾਉਂਦੇ ਨੇ ਜੀ ਸੰਗਲ ਲਾ ਕੇ ਉਹਨੂੰ ਜਿੱਥੇ ਮੱਝਾਂ ਬੰਨਦੇ ਨੇ ਇਹ ਮਤਲਬ ਅਸੀਂ ਤੁਹਾਨੂੰ ਵੀਡੀਓ ਬਿਲਕੁਲ ਪ੍ਰੂਫ ਦੇਵਾਂਗੇ ਜੀ ਮਤਲਬ ਇਹ ਕਿਸੇ ਦੀ ਸੁਣੀ ਸੁਣਾਈ ਗੱਲ ਤਾਂ ਨਹੀਂ ਅਸੀਂ ਆਏ ਜੀ ਹਾਂਜੀ ਸਰਪੰਚ ਸਾਹਿਬ ਦੂਜੀ ਗੱਲ ਜੀ ਇਹਦੇ 'ਤੇ ਕੁੱਟਮਾਰ ਵੀ ਹੁੰਦੀ ਆ ਮਤਲਬ ਕਈ ਕਈ ਵਾਰੀ ਤਾਂ ਇੱਥੇ ਬਾਪੂ ਇਹਦੇ ਕੱਪੜਿਆਂ ਨੂੰ ਹੱਥ ਵੀ ਨਹੀਂ ਲਾਉਂਦਾ ਮਤਲਬ ਡੰਡੇ ਨਾਲ ਹੀ ਚੱਕਦਾ ਡੰਡੇ ਨਾਲ ਕਹਿੰਦਾ ਲੈ ਪੈ ਜਾ ਮਤਲਬ ਕਾਫੀ ਇਹ ਮੰਦਾ ਚੰਗਾ ਵੀ ਬੋਲਦੇ ਨੇ ਮਤਲਬ ਸਾਡਾ
ਗਿਲਾ ਇਹਨਾਂ 'ਤੇ ਇਹ ਆ ਵੀ ਇੱਕ ਮਾਸੂਮ ਨੂੰ 20 ਸਾਲ ਦੇ ਨੂੰ ਕਿਸੇ ਦਾ ਧੀ ਪੁੱਤ ਆ ਜੀ ਸਰਪੰਚ ਸਾਹਿਬ ਜਿਹਨੂੰ ਇਹ ਮਤਲਬ ਕੈਦ ਕਰੀ ਬੈਠੇ ਨੇ ਘਰੇ ਇਦੋਂ ਬੜੀ ਗੁਲਾਮੀ ਕੋਈ ਨਹੀਂ ਹੋ ਸਕਦੀ ਸਰਪੰਚ ਸਾਹਿਬ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਮਦਦ ਦੀ ਦੇਖੋ ਸਾਡਾ ਇਹਨਾਂ ਨਾਲ ਕੋਈ ਵੈਰ ਤਾਂ ਕੋਈ ਨਹੀਂ ਸੀ ਹਰਪ੍ਰੀਤ ਦਾ ਮੁੰਡਾ ਅਸੀਂ ਬਾਪੂ ਜੀ ਨੂੰ ਸਵਾਲ ਕੀਤਾ ਵੀ ਤੁਸੀਂ ਇਹਨਾਂ ਨੂੰ ਮਤਲਬ ਬੰਨ ਦੋਗੇ ਹਰਪ੍ਰੀਤ ਸਿੰਘ ਨੂੰ ਹਰਪ੍ਰੀਤ ਸਿੰਘ ਤਾਂ ਮਤਲਬ ਤਿਆਰ ਬਰ ਤਿਆਰ ਹੋ ਤਾਂ ਗੋਹਾ ਨਹੀਂ ਲੱਗਿਆ ਬਸ ਸਰਪੰਚ ਸਾਹਿਬ ਇਹ ਬੰਦਾ ਮਤਲਬ ਸਾਡੇ ਆਉਂਦਿਆਂ ਨੂੰ ਇਹ ਫੱਟੇ ਦੋ ਰੂੜੀ ਦੇ ਉੱਪਰ ਰੱਖ ਰਿਹਾ ਸੀ ਜੀ ਹੁਣੇ ਮਤਲਬ ਗੋਹਾ ਚੱਕ ਕੇ ਫਿਰ ਇਹ ਪੱਠੇ ਵੱਢਣ ਜਾਊਗਾ ਬਾਪੂ ਰੇੜੇ ਦੇ ਉੱਪਰ ਬੈਠਦਾ ਇਹ ਮਤਲਬ ਮੂਹਰੇ ਰੇੜਾ ਬੇੜੇ ਨੂੰ ਲੈ ਕੇ ਤੁਰਦਾ ਜੀ ਮਤਲਬ ਸਾਰਾ ਕੰਮ ਇਸ ਬੰਦੇ ਤੋਂ ਲਿੱਤਾ ਜਾ ਰਿਹਾ ਕੋਈ ਇਹਦੀ ਪੇ ਨਹੀਂ ਜੀ ਇੱਕ ਚੀਜ਼ ਹੋਰ ਸਰਪੰਚ ਸਾਹਿਬ ਅਸੀਂ ਐਡ ਕਰ ਦਿੰਦੇ ਹਾਂ ਇਹ ਜਦੋਂ ਅਸੀਂ ਬੰਦੇ ਛਡਾਉਂਦੇ ਹਾਂ ਮਤਲਬ ਅਸੀਂ ਬਹੁਤ ਮਾਤਰਾ 'ਚ ਬੰਦੇ ਛਡਾ ਚੁੱਕੇ ਹਾਂ ਬਹੁਤ ਦੇ ਘਰ ਲੱਭ ਚੁੱਕੇ ਹਾਂ ਬਹੁਤ ਦੇ ਕਾਰਵਾਈ ਵੀ ਹੋ ਚੁੱਕੀ ਆ ਬਹੁਤ ਦੇ ਹੱਕ ਵੀ ਦਵਾਏ ਨੇ ਜੀ ਬਹੁਤ ਵੱਡੇ ਪੱਧਰ 'ਤੇ ਇਹਨਾਂ ਜੀ ਹੁਣ ਪਤਾ ਕੀ ਕਰਦੇ ਨੇ ਜਿਹੜੇ ਪੁਰਾਣੇ ਬੰਦੇ ਰੱਖੇ ਹੋਏ ਨੇ ਲੋਕਾਂ ਨੇ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ 'ਚ ਉਹਨਾਂ ਨੂੰ ਲੋਕਾਂ ਨੇ ਘਰੋਂ ਘਰੀ ਭੇਜਤਾ ਆਪਦੇ ਚਾਹੇ ਤਾਂ ਘਰੋਂ ਘਰੀ ਭੇਜਤਾ ਚਾਹੇ ਛੱਡਤਾ ਚਾਹੇ ਆਸ਼ਰਮਾਂ 'ਚ ਉਹਨਾਂ ਦੀ ਜਗ੍ਹਾ 'ਤੇ ਨਵੇਂ ਬੰਦੇ ਲਿਆਉਂਦੇ ਉਹਦਾ ਕਾਰਨ ਪਤਾ ਕੀ ਆ ਵੀ ਜੇਕਰ ਕੋਈ ਆਸ਼ਰਮ ਜਾਂ ਪ੍ਰਸ਼ਾਸਨ ਜਾਂ ਸਰਪੰਚ ਨੇ ਕਿਸੇ ਨੇ ਸਾਨੂੰ ਕਿਹਾ ਵੀ ਤੁਸੀਂ ਗਲਤ ਹੋ ਤਾਂ ਕਹਾਂਗੇ 3 ਕੁ ਮਹੀਨੇ ਨੇ ਇਸ ਦਾ ਤਨਖਾਹ ਵੀ ਦੇ ਦਿੰਦੇ ਜੀ ਜੀ ਕੰਮ ਕਰਨ ਲਈ ਜੀ ਨਹੀਂ ਹੈਗੀ ਬਾਕੀ ਜੇ ਇਹਨਾਂ ਨੇ ਮਾੜਾ ਕਰਮ ਕੀਤਾ ਤਾਂ ਪੁੱਛ ਨਹੀਂ ਆਪਾਂ ਨੂੰ ਕੋਈ ਗੱਲ ਜੀ ਤੇ ਮਾੜੇ ਜੇ ਔਰ ਸਾਂਝੇ ਤਾਂ ਮਾੜੇ ਹਾਂ ਜੀ ਜੀ ਇਹਨਾਂ ਨੇ ਇੱਕ ਗੱਲ ਹੋਰ ਗਲਤ ਕਵਾਂਗੇ ਉਹਨੂੰ ਜੀ ਇਹਨਾਂ ਨੇ ਇੱਕ ਸਰਪੰਚ ਹੋਰ ਕਿਹਾ ਕਹਿੰਦੇ ਵੀ ਇਹ ਅਸੀਂ ਤਾਂ ਬੰਨਦੇ ਆ ਵੀ ਇਹ ਆ ਫੌੜੇ ਨਾਲ ਲੱਤਾਂ ਵੱਢ ਦੂਗਾ ਉਹਦੀ ਲੱਤਾਂ ਵੱਢ ਦਿੰਦਾ ਮੱਝਾਂ ਦੀਆਂ ਮਤਲਬ ਇਹ ਵੀਰ ਪ੍ਰਸ਼ਾਸਨ ਵੀ ਲੈਣ ਜਾਂਦਾ ਪੱਠੇ ਵੀ ਲੈਣ ਜਾਂਦਾ ਗੋਹਾ ਵੀ ਚੱਕਦਾ ਤੁਹਾਡੇ ਕੋਲ ਵੀ ਖੜਾ ਮਤਲਬ ਫੌੜੇ ਨਾਲ ਕਿਸੇ ਮੱਝ ਦੀ ਲੱਤ ਵੱਢਣੀ ਕੋਈ ਸੌਖੀ ਗੱਲ ਨਹੀਂ ਜੀ ਇਹ ਕਹਿੰਦਾ ਵੀ ਅਸੀਂ ਤਾਂ ਬੰਨਦੇ ਹਾਂ ਹਰਪ੍ਰੀਤ ਸਿੰਘ ਕਹਿੰਦਾ ਚਲੋ ਹਰਪ੍ਰੀਤ ਤਾਂ ਅਸੀਂ ਨਹੀਂ ਦੇਖਿਆ ਕਦੇ ਸੰਗਲ ਲਾਉਂਦਾ ਸੰਗਲ ਤਾਂ ਇਹ ਬਜ਼ੁਰਗੇ ਲਾਉਂਦਾ ਜੀ ਇਹ ਬਜ਼ੁਰਗੇ ਮਤਲਬ ਡੰਡਾ ਲੈ ਕੇ ਗੇਟ 'ਚ ਸਾਰੇ ਕੰਮ ਕਰਾਉਂਦਾ ਅਸੀਂ ਐਵੇਂ ਕਹੀਏ ਇਹ ਬੰਦਾ ਤਾਂ ਨਹੀਂ ਦੇਖਿਆ ਸਾਨੇ ਜੀ ਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਕਹਿੰਦਾ ਜੀ ਹਾਂ ਮਤਲਬ ਜੀ ਐਂ ਆ ਬਾਪੂ ਜੀ ਮਤਲਬ ਦੇਖੋ ਸਾਡੇ ਕੋਲ ਨਾ ਜੀ 4-5 ਹਜ਼ਾਰ ਬੰਦੇ ਦੀ ਰਿਕਾਰਡ ਆ ਅਸੀਂ 4-5 ਹਜ਼ਾਰ ਦੇ ਵਿੱਚ ਉਹਦੇ ਘਰੀ ਜਾਣਾ ਜਿਹਦੇ ਸਾਡੇ ਕੋਲ ਮਤਲਬ ਸਬੂਤ ਨੇ ਜੀ ਹੁਣ ਮਤਲਬ ਅਸੀਂ ਚਾਹੁੰਦੇ ਸਰਪੰਚ ਸਾਹਿਬ ਇੱਦਾਂ ਦੇ ਬੰਦਿਆਂ ਦੇ ਕਾਨੂੰਨੀ ਕਾਰਵਾਈ ਕਰਵਾਈਏ 4 ਨੂੰ ਸੇਕ ਲੱਗੇ ਜੀ ਬਸ ਇਹਦਾ ਅਸੀਂ ਘਰ ਲੱਭ ਕੇ ਇਹਦੇ ਘਰੇ ਪਹੁੰਚਾ ਦਾਂਗੇ ਇਹ ਕੋਈ ਬੜਾ ਵੱਡੀ ਗੱਲ ਨਹੀਂ ਜੀ ਇਹ ਸਾਰੇ ਉਰੇ ਮਤਲਬ ਵੀਡੀਓ ਸ਼ੇਅਰ ਕਰ ਦਾਂਗੇ ਇਹਦੀ ਫੋਟੋ ਆਪਾਂ ਪਾਵਾਂਗੇ ਇਹਦਾ ਘਰ ਤਾਂ ਬਹੁਤ ਛੇਤੀ ਲੱਭ ਜੀ ਜਿਹਦਾ ਪਰਿਵਾਰ ਹੈਗਾ ਇਹਦਾ ਹੋਊਗਾ ਵੀ ਕਿਉਂਕਿ ਛੋਟੀ ਉਮਰ ਆ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਇਹਦੀ ਬਾਂਹ ਦੇ ਉੱਪਰ ਆਹ ਚੀਜ਼ ਆ ਵੀ ਹੋ ਸਕਦਾ ਇਹਦਾ ਨਾਮ ਮਿਟਿਆ ਹੋਵੇ ਕਿਸੇ ਨੇ ਜੀ ਮਤਲਬ ਜਿਹੜਾ ਦੇਖੋ ਆ ਜਿਵੇਂ ਆਹ ਚੀਜ਼ ਆ ਨਾ ਮਤਲਬ ਮੈਂ ਇਸ ਚੀਜ਼ ਨੂੰ ਮਤਲਬ ਸ਼ੱਕ ਦੇ ਘਰੇ 'ਚ ਲੈਣਾ ਇਹਦੇ ਛੱਟ ਨਹੀਂ ਵੱਜੀ ਹੋ ਸਕਦੀ ਹੈ ਮਤਲਬ ਇਹਦੀ ਪਿੱਠ 'ਤੇ ਤਾਂ ਅੱਗ ਲੱਗੀ ਵੀ ਆ ਇਹ ਕਿਆ ਹੋ ਗਿਆ ਤਾਂ ਆਪਕੇ ਇਹ ਪੀਠ ਪਰ ਕਿਆ ਹੋ ਗਿਆ ਤਾਂ ਇਹਦੇ ਅੱਗ ਲੱਗੀ ਵੀ ਆ ਜੀ ਕਿਤੇ ਪਹਿਲਾਂ ਹੀ ਕਿਤੇ ਵਿਚਾਰੇ ਨੇ ਨਾ ਕੋਈ ਰੱਬ ਜਾਣੇ ਕੋਈ ਅੱਗ ਕੋਈ ਪ੍ਰੋਬਲਮ ਜੀ ਤਾਂ ਵਿਚਾਰਾ ਕਿੱਥੋਂ ਤੇ ਮਤਲਬ ਅਸੀਂ ਜੇਕਰ ਕੋਈ ਕੋਈ ਹਾਂਜੀ ਸਾਂਝਾ ਹੋ ਗਈ ਆ ਤੇ ਉਹਨੂੰ ਮੰਨਣਾ ਚਾਹੀਦਾ ਜੀ ਇਹ ਥੋੜੀ ਗੱਲ ਜੀ ਬਿਲਕੁਲ ਦੇਖੋ ਗੱਲ ਹੋਇਆ ਵਾ ਚਲੋ ਜੇ ਆਪਾਂ ਗਲਤੀ ਕਰੀਏ ਗਲਤੀ ਵੀ ਨਹੀਂ ਹਾਂਜੀ ਫੇਰ ਤੋਂ ਗੱਲ ਨਹੀਂ ਹਾਂਜੀ ਜਿਹੜਾ ਗਲਤ ਕੰਮ ਕੀਤਾ ਉਹਨੂੰ ਮੰਨਣ ਦਾ ਹੱਲ ਕਰਨ ਬਿਲਕੁਲ ਮਤਲਬ ਸਰਪੰਚ ਸਾਹਿਬ ਸਾਡਾ ਨਾ ਜੀ ਇਹ ਸੰਗਤ ਅੱਗੇ ਬੇਨਤੀ ਆ ਵੀ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਡਾ ਸਾਥ ਦੇਣ ਹਾਂਜੀ ਅਸੀਂ ਬਹੁਤ ਵੀਡੀਓ ਦੇ ਵਿੱਚ ਬੋਲਦੇ ਆ ਮਤਲਬ ਜਦੋਂ ਸਾਡੀਆਂ ਪੰਚਾਇਤਾਂ ਸਾਥ ਦੇਣਗੀਆਂ ਨਾ ਜੀ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਸਾਨੂੰ ਲੱਗਦਾ ਵੀ ਪਤਾ ਨਹੀਂ ਕਿੰਨੇ ਹਜ਼ਾਰ ਬੰਦੇ ਆਪਾਂ ਘਰੋਂ ਘਰੀ ਭੇਜਦੇ ਹਾਂ ਜੀ ਗੱਲ ਕਰਦੇ ਮੈਂ ਸੱਚੀ ਗੱਲ ਕਰਦਾ ਤੇਰਾ ਕੈਮਰਾ ਚੱਲਣ ਡਿਆ ਜੀ ਇਹ ਤਾਂ ਤੁਹਾਡੀ ਆਪਾਂ ਤੁਹਾਡੀ ਕਿ ਹੋਰ ਵੀ ਤੇ ਵੀਡੀਓ ਪਾਉਂਦੇ ਜੀ ਮੈਂ ਥੱਲੇ ਇਹਨਾਂ ਲਿਖਤਾ ਵੀ ਸਾਡੇ ਪਿੰਡ ਵੀ 40-50 ਹੋਣੇ ਆ ਜੀ ਮਤਲਬ ਵੇਖੋ ਜੀ ਇਹ ਤਰਸੋਂਦਾ ਵੇਖ ਕੇ ਸਾਡੇ ਪਿੰਡ ਦੇ ਕੋਈ ਚੌਧਰੀ ਹੈ ਤੇ ਵੇਖੋ ਜੀ ਆਹ ਲਿਖਦਾ ਜੀ ਆਹ ਲਿਖਦਾ ਜੀ ਉਹ ਹੋ ਗਿਆ ਜੀ ਫਲਾਣ ਹੋ ਗਿਆ ਮੈਂ ਸਮਝ ਗਿਆ ਬੰਦੀ ਆ ਪਾ ਲਈ ਉਸ ਗੱਲ ਛਾਲਦੇ ਆ ਮੈਂ ਕਿਹਦਾ ਲਾਤਾ ਹੈ ਮੈਂ ਇਹਨਾਂ ਲਿਆ ਵੀ ਤੁਹਾਡੇ ਪਿੰਡ ਵੀ 40-50 ਹੋਣੇ ਆ ਬੜੇ ਬੰਦੇ ਦੱਸ ਮੈਂ ਇਹ ਕੀ ਕਰਦਾ ਜਾਂ ਮੈਂ ਕਿਹਨੂੰ ਫੋਨ ਕੀਤਾ ਜਾਂ ਕਿਹਨੂੰ ਕਿਹਦਾ ਨੁਕਸਾਨ ਹੀ ਦਿਨਾਤੇ ਆ ਤੇ ਜਿਹੜੇ ਚੌਧਰੀ ਸਾਡੇ ਪਿੰਡ ਜਿਹੜੇ ਕੰਮ ਕਰਨ ਡੇ ਆ ਉਹਨਾਂ ਨੇ ਆਖਿਆ ਵੀ ਇਹਨੇ ਤੇ ਬੜਾ ਵੇਖੋ ਜੀ ਇਹਨੇ ਤੇ ਆਹ ਕਰਤਾ ਜੀ ਇਹਨੇ ਉਹ ਕਰਤਾ ਜੀ ਹਾਂਜੀ ਮਤਲਬ ਆਹੀ ਤਾਂ ਮਾੜੀ ਇਹਨੂੰ ਚੰਗਾ ਕਿੱਦਾਂ ਕਹਿੰਦਾ ਕਿ ਬਿਲਕੁਲ ਜੀ ਬਿਲਕੁਲ ਠੀਕ ਹੈ ਜੋ ਇਹਦਾ ਬਣਦਾ ਵੇ ਤਾਂ ਇਹਨੂੰ ਦੇਣਾ ਚਾਹੀਦਾ ਜੋ ਕੰਮ ਬੰਦੀ ਜਿਹੜੀ ਗੱਲ ਚਲੋ ਉਹਨਾਂ ਕੋ ਵੀ ਗਲਤੀ ਹੋ ਗਈ ਪਰ ਇਨਸਾਨਾਂ ਨੂੰ ਗਲਤੀਆਂ ਹੁੰਦੀਆਂ ਹਾਂ ਨਹੀਂ ਬਿਲਕੁਲ ਅਸੀਂ ਮੰਨਦੇ ਹਾਂ ਨਾ ਕੰਮ ਇਹ ਜਗਾ ਕਰੋ ਹਾਂ ਬਿਲਕੁਲ 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 ਆ ਵੀ ਕਿਸੇ ਨੇ ਜਿਹੜਾ ਕਹੂੰਗਾ ਟੱਪ ਵੀਡੀਓ ਬਣਾਉਣਾ ਪਾਉਣ ਡਿਆ ਉਹਦਾ ਮੈਂ ਨਹੀਂ ਪਈ ਨਹੀਂ ਪਈ ਲਾਗੂ ਨਹੀਂ ਪਈ ਆ ਫੇਰ ਤੇ ਮੈਂ ਤਾਂ ਦੋ ਲਫ਼ਜ਼ ਲੈ ਲਿਖਦੇ ਤੇ ਮੇਰਾ ਜਿਹੜਾ ਰਾਮ ਦੇ ਪਿੰਡ ਚ ਕਰਦਾ ਇਹਨਾਂ ਨੇ ਜੀ ਵਿਰੋਧੀ ਪਾਰਟੀ ਨੇ ਕਿ ਤੂੰ ਤੂੰ ਆਹ ਲਿਖ ਥੱਲੇ ਆਹ ਲਿਖਦਾ ਵਾ ਦੱਸੋ ਕੀ ਕਿੱਥੇ ਕਰੀਏ ਕਿਵੇਂ ਵੀਰੇ ਹੁਣ ਡਰਨਾ ਪੁੱਤ ਚੰਗਾ ਉਹ ਸਰਪੰਚ ਸਾਹਿਬ ਸਾਰਾ ਪਿੰਡ ਆਪਣੀ ਮਦਦ ਕਰੂਗਾ ਆਪਾਂ ਘਰੇ ਜਾਣਾ ਤੇਰੇ ਠੀਕ ਆ ਘਰ ਜਾਣਾ ਹੈ ਨਾ ਆਪਣੇ ਇਹਨੂੰ ਪੁੱਛੋ ਤੁਸੀਂ ਦੇਖੋ ਜੇ ਮੰਨਦਾ ਮਣਾ ਮੁੱਟਾ ਹੈ ਪੁੱਛੋ ਜੀ ਮੜਾ ਜੀ ਜੇ ਮੰਨਦਾ ਜੀ ਸਪੂਤਾਂ ਨਾਲ ਆਪਣੀ ਵੀਡੀਓ ਗਈ ਆ ਹੁਣ ਆਪਾਂ ਐਵੇਂ ਦੇਖੋ ਜੇ ਆਪਣੀ ਗਲਤੀ ਕਿਤੇ ਬਹੁਤ ਜਿਹੜੀ ਗਲਤੀ ਮੰਨ ਲਈਏ ਨਾ ਉਹਦੇ ਨਾਲ ਦੀ ਦੇਖੋ ਉਹਦੀ ਗਲਤੀ ਕੋਈ ਗੱਲ ਨਹੀਂ ਹੁੰਦੀ
ਫੇਰ ਨਹੀਂ ਹੋਣੀ ਠੀਕ ਜਦੋਂ ਆਪਣੇ ਚਲੋ ਠੀਕ ਆਪਾਂ ਗਲਤ ਆ ਮੈਂ ਪਹਿਲਾਂ ਮੈਂ ਨਹੀਂ ਕਹਿਦਾ ਤੂੰ ਮੇਰੇ ਵੋਟਰ ਸਪੋਰਟਰ ਜੇ ਨਹੀਂ ਜੀ ਕੱਢੋ ਜੀ ਆਹ ਕਰੋ ਜੀ ਉਹ ਕਰੋ ਜੀ ਗੱਲ ਦੀ ਗਲਤੀ ਦੋ ਬੰਦੇ ਸੀਗੇ ਇੱਕ ਇਹਨਾਂ ਨੇ ਪਹਿਲਾਂ ਇਹਦੇ ਨਾਲ ਤਾਂ ਭੱਜ ਗਏ ਇਹਨਾਂ ਦੇ ਘਰੋਂ ਇਹ ਕਹਿੰਦੇ ਨੇ ਕਿ ਰੁਕ ਤੋਂ ਬਿਨਾਂ ਇੱਕ ਹੋਰ ਬੰਦਾ ਵੀ ਸੀ ਉਹ ਕਿੱਥੇ ਉਹ ਇਹਨਾਂ ਦੇ ਪਿੰਡ ਦੇ ਨਹੀਂ ਦੱਸਿਆ ਗੱਲ ਉਹ ਭੱਜ ਗਏ ਨਹੀਂ ਉਹ ਤਾਂ ਦੋ ਚਾਰ ਦਿਨ ਹੀ ਆਇਆ ਇਹ ਇੱਥੋਂ ਤੁਸੀਂ ਹੱਦ ਕਰਦੇ ਹੋ ਯਾਰ ਤੁਸੀਂ ਕਮਾਲ ਕਰਤੀ ਤੁਸੀਂ ਤਾਂ ਯਾਰ ਤੁਸੀਂ ਹੱਦ ਜਮੀ ਹੱਦ ਕਰਤੀ ਯਾਰ ਤੁਸੀਂ ਤਾਂ ਕਮਾਲ ਕਰਤੀ ਤੁਸੀਂ ਕਿਹੋ ਜਿਹੇ ਇਨਸਾਨ ਹੋ ਤੁਸੀਂ ਯਾਰ ਇਹਨਾਂ ਦੇ ਪਿੰਡ ਦੇ ਦੱਸਣ ਦੀ ਆਇਆ ਪਰਸੋਂ ਇਹ ਸਰੀਏ ਨਾਲ ਕੁੱਟਿਆ ਗਿਆ ਕੁੱਟੇ ਦਾ ਪਤਾ ਮੈਨੂੰ ਰੋਜ਼ ਪੁੱਟਦੇ ਆ ਸਰਪੰਚ ਸਾਹਿਬ ਤੁਸੀਂ ਸਾਡੀ ਕਰੋ ਸਪੋਰਟ ਇਹਨਾਂ ਦੇ ਕਰਾਈਏ ਪਰਚਾ ਜੀ ਐ ਨਹੀਂ ਸੈਟ ਆਉਂਦੇ ਮਤਲਬ ਉਹ ਵੀ ਭੱਜ ਗਿਆ ਨਾ ਇਹਦੇ ਨਾਲੇ ਦੋ ਬੰਦੇ ਲਿਆਂਦੇ ਸੀ ਫੜ ਕੇ ਜੀ ਉਹ ਬੰਦਾ ਭੱਜ ਗਿਆ ਉਹ ਜਿਹੜਾ ਬਜ਼ੁਰਗ ਦੀ ਆਪਾਂ ਗੱਲ ਕਰ ਰਹੇ ਬਾਬਾ ਜੀ ਉਹ ਤੋਂ ਬਿਨਾਂ ਬੰਦਾ ਸੀਗਾ ਉਹ ਅੱਛਾ ਤੇ ਦੋ ਲਿਆਂਦੇ ਸੀ ਇਹਨਾਂ ਨੇ ਕਿੱਥੋਂ ਲਿਆਏ ਸੀ ਬਾਈ ਯਾਰ ਛੱਡਦੇ ਨੀ ਹੁਣ ਤੇਰੇ ਪਰਚਾ ਕਰਾਵਾਂਗੇ ਤੇਰੇ ਨਾਲ ਵਾਧਾ ਰਿਹਾ ਤੇਰੇ ਨਾਲ ਤੇਰੇ ਤੇ ਤੇਰੇ ਬਜ਼ੁਰਗ ਤੇ ਤੇਰੇ ਤੇ ਤੇਰੀ ਬੇਬੇ ਨੂੰ ਛੱਡ ਕੇ ਪਰਚਾ ਕਰਾਵਾਂਗੇ ਤੁਹਾਡੇ ਤੇ ਜੀ ਬੜਾ ਇਹ ਤਾਂ ਸੱਚ ਬੁਲਾਓ ਜੀ ਬਸ ਹੱਦ ਕਰੀ ਜਾਂਦੇ ਕਮਾਲ ਕਰਦੇ ਤੁਸੀਂ ਯਾਰ ਹਜੇ ਵੀ ਝੂਠ ਬੋਲਦੇ ਤੁਸੀਂ ਤਾਂ ਯਾਰ ਮੈਂ ਤੇ ਵੇਖੋ ਇਹ ਕੋਲ ਕੇ ਮੈਂ ਦੇ ਆਉਂਦੇ ਗਿਆ ਵੇਖੋ ਇਹ ਗਲਤੀਆਂ ਗਲਤੀਆਂ ਇਨਸਾਨਕ ਹੁੰਦੀਆਂ ਵੇਖੋ ਇਹ ਇਹ ਆਪਣਾ ਇਨਸਾਨੀ ਫਰਜ਼ਿਆ ਵੀ ਆਪਾਂ ਕਿਹ ਵੀ ਬੋਲਦਾ ਵੀ ਉਹ ਆਪਾਂ ਉਹਨੂੰ ਉਹਦਾ ਨਹੀਂ ਹੈ ਆਪਣੇ ਦਾ ਕਰਨਾ ਚਾਹੀਦਾ ਜੇ ਹੋ ਗਿਆ ਤੇ ਸੌਰੀ ਜੀ ਚਲੋ ਬਾਬਾ ਜੀ ਤੁਸੀਂ ਆ ਜੀ ਇਹ ਧਰਮ ਦਾ ਕੰਮ ਕਰ ਰਹੇ ਨੇ ਸਾਨੂੰ ਨਹੀਂ ਜਾਨੇ ਨਹੀਂ ਸਹੀ ਕੰਮ ਕਰਦੇ ਹੈ ਸਾਡੇ ਸਰਦ ਵੱਡੇ ਵੀ ਸਰਥੋਂ ਗਲਤੀ ਹੋ ਗਈ ਤੇ ਗਾਗੇ ਤੋਂ ਨਹੀਂ ਕਰਾਂਗੇ ਮਾਰਾ ਸਮਾਤ ਬਖਸ਼ੇ ਸਾਨੂੰ ਆਪਣੇ ਕਾਰੋਬਾਰ ਕਰਾਂਗੇ ਇਹ ਵੇਖੋ ਇਹ ਵੀ ਇਨਸਾਨ ਨੇ ਆਪਣਾ ਕੋਈ ਧੀਪ ਤੇ ਕੋਈ ਆਪਣਾ ਕੋਈ ਲੈ ਜੇ ਕਰ ਜੇ ਤੇ ਆਪਣਾ ਕਿੰਨਾ ਦੁੱਖ ਹੋਊ ਇਹ ਵੀ ਦੇਖ ਕੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਬੰਦੇ ਇਹਨੇ ਲੈ ਕੇ ਕਿੱਥੋਂ ਆਏ ਨੇ ਜੀ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਤਾਂ ਸਾਰਾ ਪਤਾ ਤੁਹਾਨੂੰ ਦੱਬ ਰਿਹਾ ਤੇ ਸਰ ਟੇਸ਼ਨ ਟੂਸ਼ਨ ਜੀ ਦੇ ਦੋ ਝੂਠ ਬੋਲਦੇ ਮੁੰਡੇ ਨੂੰ ਬੁਲਵਾ ਦਿਓ ਝੂਠ ਬੋਲ ਬੇਨਤੀ ਆ ਤੁਹਾਨੂੰ ਇਹਦੇ ਮੂੰਹ ਤਾਂ ਬਣਵਾਓ ਪਲੀਜ਼ ਅਸੀਂ ਤਾਂ ਇਹ ਕਹਿੰਦੇ ਵੀ ਸਾਨੂੰ ਇੱਕ ਵਾਰੀ ਆ ਕੇ ਮੰਨੋ ਤਾਂ ਬਾਹਰ ਜਾਂਦਾ ਅਮਰੀਕਾ ਜਾਂਦਾ ਤੇ ਗੋਰਾ ਰੱਖ ਕਿੱਥੋਂ ਲੈ ਕੇ ਆਏ ਬਾਈ ਕਿੱਥੋਂ ਲੈ ਕੇ ਆਏ ਤੁਹਾਨੂੰ ਦੱਸਿਆ ਇਸ ਤਰ੍ਹਾਂ ਹੀ ਬੁਏ ਕਰੀਏ ਓਏ ਯਾਰ ਫੇਰ ਉਹੀ ਗੱਲਾਂ ਉਹ ਕਹਿੰਦੇ ਵੀ ਸਾਰਾ ਗੋਹਾ ਇਹਨੇ ਇਕੱਲੇ ਨੇ ਚੁੱਕਣਾ ਹੈ ਹੱਥ ਵੀ ਨਹੀਂ ਲਵਾਉਂਦੇ ਟੋਕਰੇ ਨੂੰ ਹਰਪ੍ਰੀਤ ਸਿੰਘ ਇਹਨੇ ਨਵਾਂ ਤੋਂ ਪਤਾ ਰੱਖ ਲਿਆ ਪਾਲ ਵੀਰੇ ਨਵਾਂ ਤੋਂ ਨੋ ਦੇਖ ਲਓ ਮੈਡੀਕਲ ਡਾਕਟਰ ਵੇਖੋ ਪਤਾ ਕੀ ਹੁੰਦਾ ਵਾ ਇਹਦੇ ਗੱਲ ਨਹੀਂ ਮੈਂ ਤੁਸੀਂ ਦੱਸਿਆ ਇਹਨਾਂ ਕੋਲੇ ਵੀ ਸਾਡੇ ਕੋਲੇ ਇੱਕ ਲਵਾਰਸ ਬੰਦਾ ਜੀ ਇਤਲਾਹ ਦਿੱਤੀ ਪੰਜਾਬੀ ਹੈ ਜੀ ਥਾਣੇ ਇਤਲਾਹ ਦਿੱਤੀ ਦੱਸ ਦੇ ਕਹਿੰਦੇ ਪੰਜਾਬੀ ਬੋਲਦੇ ਹੈ ਕਰਮਜੀਤ ਬਾਰਾਂ ਪੜ੍ਹੇ ਹੋਏ ਰਾਜੇ ਤੁਸੀਂ ਤੁਸੀਂ ਸਰਪੰਚ ਸਾਹਿਬ ਨੂੰ ਦੱਸਿਆ ਵੀ ਸਾਡੇ ਕੋਲ ਬੰਦਾ ਹੈ ਨਹੀਂ ਕਿਉਂ ਨਹੀਂ ਦੱਸਿਆ ਵੀ ਹੋਇਆ ਬੋਲਦਾ ਨਾ ਥਾਣੇ ਇਤਲਾਹ ਦਿੱਤੀ ਨਾ ਤੁਸੀਂ ਸਰਪੰਚ ਸਾਹਿਬ ਨੂੰ ਦੱਸਿਆ ਵੀ ਭਾਈ ਜੇ ਕਹਿੰਦਾ ਹੈਗਾ ਜਵਾਕ ਅਸੀਂ ਉਹਦੇ ਹੈਂਡ ਓਵਰ ਕਰਾਂਗੇ ਇਹ ਗੱਲਾਂ ਗੱਲਾਂ ਕਰਦਾ ਤੇਰਾ ਜੇ ਇਹੀ ਬੰਦਾ ਇਹਨੂੰ ਪਿਆਰ ਨਾਲ ਰੱਖਦਾ ਤੂੰ ਕਿਹੜੇ ਕਮਰੇ ਚ ਪੈਂਦਾ ਬਈ ਏਸੀ ਲਾ ਕੇ ਪੈਂਦਾ ਇੱਥੇ ਪੱਖਾ ਲਾ ਕੇ ਪੈਂਦਾ ਤਾਂ ਹੈਗਾ ਹੀ ਆ ਕਮਰਿਆਂ ਚ ਤੇ ਇਹਨੂੰ ਵੀ ਕਮਰਾ ਦੇ ਦਿੰਦਾ ਕੋਈ ਤੂੰ ਤਾਂ ਰੱਖਦਾ ਇਹਨੂੰ ਤੂੜੀ ਵਾਲੇ ਉੱਥੇ ਕਰਕੇ ਸੰਗਲ ਲਾ ਕੇ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਸਮਝ ਹੈ ਨਾ ਇਹ ਕੋਈ ਏਕਣ ਨਹੀਂ ਹੈਗਾ ਵੀ ਤੂੰ ਕੁੱਤਾ ਬਿੱਲਾ ਥੋੜੀ ਆ ਇਨਸਾਨ ਆ ਯਾਰ ਆਪਣੇ ਸਾਰਿਆਂ ਦੇ ਜਵਾਕ ਜਾਂਦੇ ਨੇ ਫੌਰਨ ਕੋਈ ਬੰਨ ਕੇ ਬਿਠਾ ਲਵੇ ਗੋਰਾ ਉੱਥੇ ਦੇਖੀ ਜਾਇਓ ਕਿਉਂ ਜੀ ਫਿਰ ਤੁਸੀਂ ਇਹ ਦੇਖੋ ਸੰਗਤ ਜੀ ਬੰਦਿਆਂ ਕੋਲੇ ਦੋ ਬੰਦੇ ਇੱਕ ਬੰਦਾ ਭੱਜ ਗਿਆ ਰਾੜਾਂ ਤੋਂ ਡਰਦਾ ਹਜੇ ਵੀ ਸੱਚ ਨਹੀਂ ਬੋਲ ਰਹੇ ਵੀਰੇ ਪੰਚਾਇਤ ਸਾਡੇ ਹੱਕ 'ਚ ਖੜੂਗੀ ਉਹ ਇਨਸਾਨੀਅਤ ਦੇ ਨਾਤੇ ਗੱਲ ਕਰ ਰਹੇ ਨੇ ਜੇ ਤਾਂ ਹੋਰ ਤਰੀਕੇ ਨਾਲ ਕਰਦੇ ਅਸੀਂ ਉਸ ਤਰੀਕੇ ਨਾਲ ਕਰਦੇ ਮਤਲਬ ਉਹ ਸੱਚਾਈ 'ਤੇ ਗੱਲ ਕਰ ਰਹੇ ਨੇ ਇਨਸਾਨ ਇਸ ਕਰਕੇ ਤੁਹਾਡੇ ਲਈ ਤਾਂ ਪਰਚਾ ਕਰਾਉਣਾ ਛੋਟੀ ਜਿਹੀ ਗੱਲ ਰਹਿ ਗਈ ਹੁਣ ਬਾਹਲੀ ਵੱਡੀ ਗੱਲ ਨਹੀਂ ਰਹੀ ਹੈਗੀ ਵੀਰੇ ਸਾਰੇ ਪਰਿਵਾਰ 'ਤੇ ਮੈਂ ਪਹਿਲਾਂ ਉਦਾਹਰਨ ਦੇ ਕੇ ਹਟਿਆ ਦੁਬਾਰਾ ਫਿਰ ਦੇ ਦਿੰਦਾ ਮੇਰੇ ਕੋਲ ਇਸ ਟਾਈਮ ਵੈਪਨ ਆ ਜੇ ਮੈਂ ਕਿਸੇ ਦੇ ਗੋਲੀ ਮਾਰੂੰਗਾ ਮਤਲਬ ਮੈਂ ਪਹਿਲਵਾਨ ਜੀ ਨੂੰ ਮੇਰੇ ਬ੍ਰਦਰ ਆ ਛੋਟਾ ਭਰਾ ਇਹਦੇ ਮੈਂ ਸ਼ੂਟ ਕਰ ਦੇਵਾਂ ਮੇਰੇ ਤੇ 302 ਲੱਗ ਜੂ 10 ਸਾਲ ਜਾਣਾ ਪਊ ਅੰਦਰ ਮੈਨੂੰ ਪਤਾ ਮੈਂ ਤਾਂ ਨਹੀਂ ਗੋਲੀ ਚਲਾ ਰਿਹਾ ਮੈਨੂੰ ਵੀ ਪਤਾ ਨਾ ਇਹ ਤੈਨੂੰ ਫੜਾ ਦੇਣੇ ਵੀਰੇ ਤੂੰ ਗੋਲੀ ਨਹੀਂ ਮਾਰਦਾ ਹੁਣ ਜਿਹੜਾ ਬੰਦੂਆ ਮਜ਼ਦੂਰ ਵਾਲਾ ਤੈਨੂੰ ਇਹਦਾ ਪਤਾ ਨਹੀਂ ਵੀ ਤੈਨੂੰ 6 ਸਾਲ ਹੀ ਜਾਣਾ ਪੈ ਸਕਦਾ ਅੰਦਰ ਤਾਂ ਤੁਸੀਂ ਜੁਰਮ ਕਰ ਰਹੇ ਹੋ ਆਪਣਾ ਹਰਪ੍ਰੀਤ ਸਿੰਘ ਇਹ ਤਾਂ ਤੇਰੀ ਗਲਤੀ ਹੈ ਕਹੀਦਾ ਹੁੰਦਾ ਇਨਸਾਨੀਅਤ ਦੀ ਰਾਖੀ ਕਰ ਰਿਹਾ ਸਮਝ ਮੇਰੀ ਗੱਲ ਕਿ ਜੇ ਸਾਡੇ ਕੋਲ ਮਾੜਾ ਮੇਰੇ ਕੋਲ ਵੀ ਮਾੜੇ ਕੰਮ ਹੁੰਦੇ ਮੇਰੇ ਕੋਲ ਮਾੜਾ ਮੈਂ ਕੋਈ ਮਾਫੀ ਮੰਗ ਲਓ ਮੇਰੇ ਕੋਲ ਮਾੜਾ ਹੋ ਗਿਆ ਤੇ ਹੱਲ ਹੈਗਾ ਵਾ ਜੀ ਬਿਲਕੁਲ ਗਲਤ ਕੰਮ ਕੋਈ ਇਨਸਾਨ ਗਲਤੀਆਂ ਹੁੰਦੀਆਂ
ਬੜੀ ਵੱਡੀ ਗਲਤੀ ਆ। ਆਪਣੇ ਕੋਈ ਭਰੂਦੀਆਂ ਨੁਕਸਾਨ ਨਾ, ਕੋਈ ਨੁਕਸਾਨ ਨਹੀਂ ਕਰਦੇ ਆ, ਅਤੇ ਇਹ ਉਹ ਉਸ ਗਲਤੀ ਜਾਂ ਮੰਨਾ ਕੋਈ ਹੱਲ ਹੈਗਾ ਹੈ ਨਾ ਇਹ ਗੱਲ। ਸਰਪੰਚ ਸਾਹਿਬ ਦੋ ਲਿਆਂਦੇ ਸੀ ਇਹਨਾਂ ਨੇ, ਇੱਕ ਇਹਦੇ ਨਾਲ ਹੋਰ ਸੀਗਾ ਜਿਹੜਾ ਭੱਜਿਆ, ਉਹ ਬੰਦਾ ਭੱਜ ਗਿਆ ਹੈ ਨਾ, ਤਾਂ ਹੀ ਸੰਗਲ ਲਾ ਕੇ ਰੱਖਦੇ ਵੀ ਇਹ ਨਾ ਭੱਜੇ। ਹੋਰ ਕੀ ਆ, ਮਾਲ ਦੀ ਗੱਲ ਕਰਤੀ ਮੇਰੇ ਅਰ ਤਾਂ, ਹੋਰ ਕੀ ਆ, ਇਹ ਦੱਸ ਤਾਂ ਦੇ ਕਿੱਥੇ ਝੂਠਾ ਦੱਸ ਗੱਲ, ਪਰ ਲੱਖ ਦੀ ਲਾਹਨ ਤਾਂ ਤੇਰੇ 'ਤੇ ਵੀਰੇ ਯਾਰ, ਵੀ ਜਿਹੜਾ ਤੂੰ ਇਸ ਇਨਸਾਨ 'ਤੇ ਜ਼ੁਲਮ ਕਰ ਨਾ, ਮੇਰੀ ਲੱਖ ਲਾਹਨ ਤਾਂ ਮੈਂ ਇਹਨੂੰ ਨਾ ਹੀ ਇਹਨੂੰ ਘਰ ਵਾੜ ਦਿੰਦਾ, ਵਧੋ ਵਧੀ ਆ ਗਿਆ ਆਉਂਦਾ ਮੈਨੂੰ ਰੋਟੀ ਦੇ ਦਿਉ, ਮੁੜ ਕੇ ਕੰਮ ਕਰਨ ਲੱਗੇ। ਤਾਂ ਹਜੇ ਵੀ ਹੈਰਾਨ ਆ ਉਹ ਇਨਸਾਨ 'ਤੇ, ਹਜੇ ਵੀ ਸੱਚ ਨਹੀਂ ਦੱਸ ਰਿਹਾ ਬੰਦਾ। ਉਹ ਬਾਪੂ ਜੀ ਨੂੰ ਮੈਂ ਦਿਖਾਇਆ ਨਾ, ਇੱਕ ਦੋ ਵੀਡੀਓ ਤਾਂ ਦਿਖਾਤੀਆਂ ਮੈਨੇ, ਹੋਰ ਬਹੁਤ ਕੁਛ ਦਿਖਾ ਦੂੰਗਾ। ਚੱਲ ਇੱਕ ਕੰਮ ਕਰ, ਬਾਪੂ ਜੀ ਰੇੜੇ 'ਤੇ ਬੈਠੇ ਹੁੰਦੇ ਨੇ, ਉੱਧਰੋਂ ਇਕੱਲਾ ਤੁਰ ਕੇ ਲੈ ਕੇ ਆਉਂਦਾ ਰੇੜਾ ਖਿੱਚ ਕੇ ਲੈ ਕੇ ਨਹੀਂ ਆਉਂਦਾ। ਮੈਂ ਹੈਰਾਨ ਹਾਂ ਤੈਨੂੰ ਸਰਪੰਚ ਸਾਹਿਬ, ਗਲਤ ਹੋ ਗਿਆ ਕੰਮ ਸਾਡੇ ਕੋਲ, ਤੂੰ ਤਾਂ ਸੱਚ ਤਾਂ ਦੱਸ ਰਹੀ ਹੈ, ਨਹੀਂ ਸੱਚ ਹੈ ਤੁਹਾਡੇ ਕੋਲ ਸਬੂਤ ਸਾਰਾ ਕੁਝ ਹੈਗਾ। ਨਹੀਂ ਤੂੰ ਝੂਠ ਕਦੋਂ ਬੋਲ ਰਿਹਾ ਫਿਰ, ਨਹੀਂ ਮੈਂ ਝੂਠ ਨਹੀਂ ਬੋਲਿਆ। ਹੋਰ ਮੰਨ ਫਿਰ ਤੂੰ ਗੱਲ ਨੂੰ, ਤੂੰ ਸੰਗਲ ਤੁਸੀਂ ਮਾਰ ਦਿੰਦੇ, ਜੇ ਬੜਾ ਦਾਨੀ ਦੀ ਇਹਨੂੰ ਰੋਟੀ ਦੇਣ ਵਾਲਾ ਫਿਰ ਨਾ ਕੰਮ ਕਰਾਉਂਦਾ, ਵੈਸੇ ਦੇ ਜਾਂਦਾ, ਫਿਰ ਦੇ ਦਿੰਦਾ ਵੈਸੇ, ਭੇਟ ਹੈ ਪਿਆ ਕਰਨਾ ਹੁੰਦਾ ਮੈਂ ਕੰਮ ਕਰਨਾ। ਅੱਛਾ ਤੈਨੂੰ ਸੁਖਰਾ ਸੁਣ ਜਾਣਾ, ਕਰਾਉਣਾ ਪਰਚਾ ਮੇਰੇ ਘਰ ਕਿਉਂ ਚਲ ਗਿਆ, ਮੇਰੇ ਘਰ ਕਿਉਂ ਚਲ ਗਿਆ, ਇਹ ਵੀ ਗੱਲ ਹੈ। ਮੈਨੂੰ ਹੱਥ ਦਿੱਤਾ ਬਾਲੋ ਮੈਂ ਬਾਲਿਆ ਤੇ ਮੁੜ ਕੇ ਪੰਜਾਬੀ ਬੋਲਦਾ ਮੰਨ ਲਓ, ਚਲੋ ਕੱਲ ਨੂੰ ਉਹ ਬੰਦਾ ਤੂੰ ਕਹਿੰਦਾ ਪਤਾ ਨੀ ਹੈਗਾ, ਉਹਦੀ ਡੈਡ ਬੋਡੀ ਮਿਲ ਜਾਂਦੀ ਆ, ਫਿਰ ਤੇਰੀ ਆ ਨਾ ਜ਼ਿੰਮੇਵਾਰੀ ਤਾਂ ਉਹਦੀ। ਹਾਂਜੀ, ਬਾਕੀ ਸੰਗਤ ਜੀ ਸਾਡੀ ਬੇਨਤੀ ਹੈ, ਸਾਰੀ ਪੰਚਾਇਤ ਨੇ ਚੰਗਾ ਫੈਸਲਾ ਕੀਤਾ, ਸਾਰੇ ਜ਼ਿੰਮੇਵਾਰ ਬੰਦੇ, ਸਾਡੀ ਬੇਨਤੀ ਹੈ ਵੀ ਵੀਰ ਦਾ ਘਰ ਤੁਸੀਂ ਲੱਭ ਕੇ ਦੇਣਾ ਸਾਰੇ ਭੈਣ ਭਰਾਵਾਂ ਨੇ, ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਤਾਂ ਜੋ ਇਸ ਵੀਰ ਦਾ ਘਰ ਲੱਭ ਜੇ ਔਰ ਇਸ ਵੀਰ ਦੇ ਪਰਿਵਾਰ ਨੂੰ ਮਤਲਬ ਮਲਾਈਏ। ਸਭ ਤੋਂ ਵੱਡੀ ਖੁਸ਼ੀ ਤਾਂ ਇਹ ਆ, ਫਿਰ ਇਹਦੀ ਬਣਦੀ ਮਿਹਨਤ ਲਿਖੀ ਜਾ ਰਹੀ ਹੈ ਜੀ, ਉਹ ਵੀ ਅਸੀਂ ਸੰਗਤ ਨੂੰ ਸ਼ੇਅਰ ਕਰਾਂਗੇ ਵੀਡੀਓਜ਼, ਉਹ ਬਣਦੀ ਮਿਹਨਤ ਇਹਨਾਂ ਦੇ ਪਰਿਵਾਰ ਨੂੰ ਦੇ ਦਿੱਤੀ ਜਾਊਗੀ ਜੀ। ਮਤਲਬ ਇਸ ਬੰਦੇ ਦਾ ਹੱਕ ਆ, ਇਹਦਾ ਪਰਿਵਾਰ ਲੱਭ ਜੇ, ਕਿਉਂਕਿ ਇਹ ਦਿਮਾਗੀ ਥੋੜ੍ਹਾ ਜਿਹਾ ਪਰੇਸ਼ਾਨ ਆ, ਜਾਂ ਇਹ ਪ੍ਰੋਪਰ ਠੀਕ ਹੋਵੇ ਇਹ ਆਪਣੀ ਆਪ ਲੈ ਕੇ ਜਿੱਥੇ ਮਰਜ਼ੀ ਜ਼ਿੰਦਗੀ ਜੀਵੇ, ਪਰ ਕੋਸ਼ਿਸ਼ ਇਹ ਆ ਗੁਰੂ ਸਾਹਿਬ ਕਿਰਪਾ ਕਰੇ ਤਾਂ ਪਰਿਵਾਰ ਲੱਭੇ, ਨਾਲ ਦਾ ਪਰਿਵਾਰ ਨੂੰ ਇਹ ਬੱਚਾ ਮੋੜੀਏ, ਨਾਲੇ ਉਹਨਾਂ ਦੀ ਜਿਹੜੀ ਬਣਦੀ ਇਹਦੀ ਮਿਹਨਤ ਦਈਏ ਜੀ। ਸੰਗਤ ਜੀ, ਮਤਲਬ ਅਸੀਂ ਧੰਨਵਾਦੀ ਹਾਂ ਪੰਚਾਇਤ ਦੇ, ਇੱਕ ਆਈ ਡੀ ਪਰੂਫ ਲੈ ਲਓ ਜੀ, ਮਤਲਬ ਪੰਚਾਇਤ ਨੇ ਇੱਕ ਲਿਖਤ ਕਰਕੇ ਦਿੱਤੀ ਹੈ ਜੀ, ਮਤਲਬ ਪੰਚਾਇਤ ਇਸ ਵੀਰ ਲਈ, ਮਤਲਬ ਇਸ ਵੀਰ ਦੇ ਪਰਿਵਾਰ ਨੂੰ ਤੁਸੀਂ ਲੱਭ ਕੇ ਦੇਣਾ ਸਾਰੇ ਭੈਣ ਭਰਾਵਾਂ ਨੇ, ਔਰ ਇਹਦੀ ਜਿਹੜੀ ਬਣਦੀ ਮਿਹਨਤ ਆ ਉਹ ਇਹਨਾਂ ਦੇ ਪਰਿਵਾਰ ਨੂੰ ਦਵਾਈ ਜਾਣੀ ਆ ਜੀ, ਜਦੋਂ ਇਹਨਾਂ ਦਾ ਪਰਿਵਾਰ ਲੱਭ ਜੂ ਫਿਰ ਇਹ ਬਜ਼ੁਰਗ ਇਹਨਾਂ ਦੀ ਬਣਦੀ ਮਿਹਨਤ ਇਸ ਪਰਿਵਾਰ ਨੂੰ ਦੇਣਗੇ ਜੀ। ਸਾਡੀ ਇਹ ਬੇਨਤੀ ਹੈ ਸਾਰੇ ਭੈਣ ਭਰਾਵਾਂ ਅੱਗੇ ਵੀ ਤੁਸੀਂ ਮਤਲਬ ਵੀਡੀਓ ਨੂੰ ਸ਼ੇਅਰ ਕਰਕੇ ਇਸ ਬੱਚੇ ਦੀ ਪਹਿਚਾਣ ਕਰੋ, ਔਰ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ। ਦੇਖੋ ਤੁਸੀਂ ਵੱਧ ਤੋਂ ਵੱਧ ਜਦੋਂ ਸਾਥ ਦੇਣ ਲਈ ਅੱਗੇ ਆਵੋਗੇ ਤਾਂ ਇਹ ਮੁਹਿੰਮ ਮਤਲਬ ਆਪਾਂ ਹੋਰ ਬਹੁਤ ਵੱਡੇ ਪੱਧਰ 'ਤੇ ਲੈ ਜਾਵਾਂਗੇ ਜੀ। ਇੱਦਾਂ ਦੇ ਧੀਆਂ ਪੁੱਤ ਅਸੀਂ ਕਿੰਨੇ ਹੀ, ਸਾਡੇ ਪੰਜਾਬ ਦੇ ਵਾਸੀ ਪੰਜਾਬ 'ਚੋਂ ਹੀ ਛੜਾਏ, ਕਿੰਨੇ ਛੜਾਏ ਉਹਨਾਂ ਦੀ ਗਿਣਤੀ ਉਹ ਕੋਈ ਨਹੀਂ, ਇਹ ਤਾਂ ਪ੍ਰਵਾਸੀ ਆ, ਮਤਲਬ ਪਤਾ ਨਹੀਂ ਬਿਹਾਰ ਦਾ ਪਤਾ ਨਹੀਂ ਯੂਪੀ ਦਾ। ਔਰ ਸਾਡੀ ਬੇਨਤੀ ਆ ਤੁਸੀਂ ਵੱਧ ਚੜ੍ਹ ਕੇ ਹੋਰ ਇਤਲਾਹ ਦਿਓ, ਪੱਕੀ ਇਤਲਾਹ ਜਿਹਨੂੰ ਆਪਾਂ ਪੱਕੀ ਇਤਲਾਹ ਕਹਿ ਦਿੰਦੇ ਹਾਂ, ਪੱਕੀ ਇਤਲਾਹ ਕਰਕੇ ਕਿਸੇ ਦੇ ਘਰ ਜਾ ਸਕਦੇ ਹਾਂ ਜੀ ਆਪਾਂ। ਬਾਕੀ ਦਿਲੋਂ ਧੰਨਵਾਦ, ਨਗਰ ਨੇ ਵਧੀਆ ਸਾਥ ਦਿੱਤਾ, ਕਿਉਂਕਿ ਕਾਫੀ ਸੰਗਤ ਕਹੂਗੀ ਵੀ ਤੁਸੀਂ ਭਾਈ ਇਹਨਾਂ 'ਤੇ ਪਰਚਾ ਦਰਜ ਕਿਉਂ ਨਹੀਂ ਕਰਾਇਆ। ਦੇਖੋ ਜਿੱਥੇ ਸਾਡੀ ਪੰਚਾਇਤ ਨੇ ਸੁਣ ਲਈ ਜੋ ਅਸੀਂ ਚਾਹੁੰਦੇ ਹਾਂ, ਇਹ ਅੱਗੇ ਤੋਂ ਕਦੇ ਇੱਦਾਂ ਦਾ ਬੰਦਾ ਨਹੀਂ ਰੱਖਣਗੇ, ਕੋਈ ਪਾਪ ਨਹੀਂ ਇੱਦਾਂ ਦਾ ਕਰਨਗੇ, ਕੋਈ ਗਲਤੀ ਨਹੀਂ ਕਰਨਗੇ, ਮੰਦ ਬੁੱਧੀ ਬੰਦੇ ਨੂੰ ਗੁਲਾਮ ਨਹੀਂ ਬਣਾਉਣਗੇ, ਅਤੇ ਉਹਦੀ ਮਿਹਨਤ ਦੇ ਰਹੇ ਨੇ, ਮਤਲਬ ਸਾਡੇ ਲਈ ਇਹ ਸਾਨੂੰ ਲੱਗਦਾ ਕਾਮਯਾਬੀ ਆ। ਜੇਕਰ ਪੰਚਾਇਤਾਂ ਸਾਥ ਨਾ ਦੇਣ ਫਿਰ ਆਪਾਂ ਪ੍ਰਸ਼ਾਸਨ ਦੀ ਵੀ ਸਹਾਇਤਾ ਲਈਏ, ਪ੍ਰਸ਼ਾਸਨ ਵੀ ਨਾਲ ਆ ਜੀ ਆਪਣੇ, ਬੜੀ ਗੁਰੂ ਸਾਹਿਬ ਦੀ ਕਿਰਪਾ, ਦਿਲੋਂ ਧੰਨਵਾਦ। ਬਾਕੀ ਤੁਸੀਂ ਦੇਖਿਓ ਅਗਲਾ ਜੀਵਨ ਇਹਦਾ,
पटियाले तो भासों रोड के पुलचकाणी पिंड कि जीवन बदलता तुम जरूर देखने लिए आना सारे भैन भरावान ने जरूर इस वीर लिए अरदासा जरूर करनी ने जो तंदुरुस्त होकर अपना घर दस सके तेन आप घर पहुँचाने कामयाब हो जी। इस टाइम असं तरन तारण साहब जिले के खड़े हैं जी। बोले सो निहाल सत श्री अकाल। ठीक है जी, वाहेगुरु जी का खालसा वाहेगुरु जी की फतेह जी। हाँ जी, वाहेगुरु जी का खालसा वाहेगुरु जी की फतेह जी। सगे जी जिहड़ी तुसी वीडियो नूं देख के हटे हो जी, इस पिंड दे विच करीब 25 तो 30 मैंबर होर इदां दे वीर हैगे ने जिहड़े लावारस और जिन्हां नूं गुलाम किया होया 25 तो 30 मैंबर ने। असीं हुण किसी दे घर बैठे सी, सानूं उरे पता लग्गिया कि भी अज मतलब किसी ने गोहा भी नहीं चक्किया पिंड दे विच, मतलब किसी का बंदा बाहर नहीं निकलिया भी संस्था वाले पिंड दे विच आए हुए ने कि कोई लै ना जाए जी। तो साड़ी ये बेनती है भैन भरावान अगे भी तरन तारण साहब जिले के और अमृतसर साहब जिले के जरूर तुम बढ़ चढ़ के इस कार्ज के सपोर्ट करने लिए अगे आओ ता जो आप होर बढ़ चढ़ के इदा द रब रूपी रूहों उन्होंने घर पहुँचाने कामयाब होइए और उन्होंने माँ बापा के नाल मिला सकी जी। देखो जी इदा की गुलामी आ मतलब पंजाब के ना हो साढ़े। हाँ जी, वाहेगुरू जी का खालसा वाहेगुरू जी की फतेह जी। संगत जी साढ़े चार हो चुके ने शाम दे जी, तो असं पटियाले लचकाणी पिंड पहुँच चुके हैं जी। सारा अपना घर बन रहा संगत जी, तुहानू अगे भी दिखाने घर हौली 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 तैयार हो रहा जी। गुरु साहब की कृपा के नाल सारा संगत इत्थे चीज़ां भेजते हैं जी, संगत का ही सारा साथ है जी। हाँ जी, वाहेगुरू जी का खालसा वाहेगुरू जी की फतेह जी। संगत जी तुसी इस वक्त इस वीर नूं देख रहे हो, जिस वीर नूं आपां ने इधर देखियो भीरे तरन तारण साहब जिले के एक गुलामी चो याद करवाया जी। इधर देखियो भीरे संगत किन्नी नूं, हाँ आपका घर ढूंढ लेंगे हम। ये तुसी इस टाइम इस वीर के हालात देख रहे हो संगत जी, उत्थे हत्थां दे की हालात सी, पैरां दे की हालात सी और इस वीर दे की हालात सी तुसी सारे भैन भरावां ने देखिया। और संगत जी असी पटियाले तो पासो रोड के उपर लचकाणी पिंड वीडियो शेयर की आ, साडे कोल काफ़ी इदां दे रब रूपी रूहां ने जिहड़ियां असीं तुहानूं प्रोपर सारियां तां नहीं दिखा पावांगे, जिन्हां दे हाले तक सानूं घर भी नहीं लभे। असीं संगत नूं दसना चाहुंदे आ भी इह जिहड़ा परिवार है दिनों दिन वधदा जा रहा, हुण साडे कोल इन्नी भी जगह नहीं हैगी भी असीं दो चार वीर होर लिया के रख लीए जी, क्योंकि साडा छोटा जिहा घर है, बिल्कुल 60 तों 70 मैंबर रह रहे ने। जिहड़ी पिछे बिल्डिंग बणदी असीं उह भी संगत नूं दिखावांगे। संगत जी असीं चाहुंदे आ भी तुसीं पटियाले तो भासों रोड के उपर लचकाणी पिंड पहलां तां इदां दी रब रूपी रूहां नूं मिलण आया करो और इहनां दे घर सानूं लभ के दो तां जो इहनां दे माँ बापां तक इहनां नूं पहुँचा सकीए। हुण काफ़ी संगत यह भी सोचूगी भी असीं भाई सोसाइटी की जिहड़ी मदद करना चाहुंदे आ भी दसो किस रूप के मदद की जाए। असीं संगत अगे बेनती करते हैं भी सानू चीज़ों के रूप के साथ की बहुत ज़्यादा लोड़ आ, ये साडा परिवार आ संगत जी। प्रकाशन भी किसी वक्त असी इसे हालातों चो छड़वाया सी जी, इस वीर दे भी संगल लग्या वा हुंदा जी किसी वक्त जसरौर पिंड दे विच, जिहड़े वीर नाल बैठे ने यह भी गऊशाला दे विचों छड़वाए सी जी। असी 7 बंदे 2 बीबियां इस वीर दे कपूर पिंड जलंधर जिले च 16-17 साल परिवार ने संगल ला के रखिया संगत जी। इदां ही मतलब सारिआं दी कोई ना कोई दुख भरी स्टोरी आ जी, किसी नूं कोई प्रॉब्लम, किसी नूं दिमागी प्रॉब्लम, किसी दे संगल लग्या, कोई रोड़ा ते अपनी जिंदगी जिहड़ी नरक भरी कट्टण ते मजबूर। और असीं संगत नूं पिछे दस रहे सीगे जी, मैं कैमरामैन नूं कहूँगा भी इधर लैओ, असीं संगत नूं दस रहे सी क्योंकि संगत काफ़ी हुण मैसेज करनगे भी भाई सोसाइटी दी असीं मदद करनी आ। संगत जी इधर एक तुहानूं असीं हाल दिखा रहे हां, शायद कैमरे दे विच क्लीयर आउंदा होवे। इस हाल दे विच ना जी 350 मैंबर दा प्रबंध होना जी, इहदे विच आपां इहनूं 6-7 फ्लोर उपर भी बना सकदे हां। असीं चाहुंदे हां संगत सानूं जिवें कि मतलब अपना जिहड़ा टैलां हुंदियां ने जां पत्थर हुंदा जां बिजली दा समान जां टूटियां दा समान जां जो भी इस घर लई सानूं लोड़ आ मिस्त्रियां दी लेबर, जरूर संगत चीज़ां दे रूप दे विच साडी मदद करो। असीं संगत अगे पहलां भी काफ़ी बेनती कीती भी भाई साडा हाल दा जिहड़ा कार्ज आ उह रुकिआ वा, इहनूं दुबारा संगत बना के एक महीने दे विच फिर असीं 40-50 मैंबर होर इदां दे रब रूपी रूहां नूं जिहड़ा लिया के रख सकते हैं जी, जिहड़ियां रब रूपी रूहां सड़कां दे उपर नरक कढ़दे ने जां किसे दे घरां च ने। बाकी होर बहुत इदां दे वीर सड़कां दे उपर जां लोकां दे घरां च फड़े हुए ने, असीं बेनती करदे हां सारे भैन भरावां अगे भी सानूं पक्की इतलाह दित्ती जावे
ਵੀਡੀਓ ਫੋਟੋ 'ਚ ਪੱਕੇ ਪ੍ਰੂਫ ਬਣਾ ਕੇ ਜਿਵੇਂ ਅੱਜ ਸੀਗੇ ਸਾਡੇ ਕੋਲ, ਤਾਂ ਹੀ ਅਸੀਂ ਛੁਡਾ ਸਕਦੇ ਹਾਂ। ਅਸੀਂ ਨਾਮ ਕਿਸੇ ਦਾ ਨਹੀਂ ਆਉਣ ਦਿੰਦੇ, ਉਹ ਤੁਸੀਂ ਸ਼ਾਇਦ ਸਾਡੀਆਂ ਵੀਡੀਓ ਦੇਖ ਕੇ ਸਮਝ ਗਏ ਹੋਵੋ, ਪਰ ਅਸੀਂ ਚਾਹੁੰਦੇ ਹਾਂ ਵੱਧ ਤੋਂ ਵੱਧ ਆਪਣੇ ਘਰੋਂ ਘਰੀ ਜਾਣ। ਪੰਜਾਬੀ ਭਰਾ ਸਾਡੇ ਬਹੁਤ ਨੇ, ਅਸੀਂ ਪਹਿਲਾਂ ਵੀ ਬਹੁਤ ਪੰਜਾਬੀ ਵੀਰਾਂ ਨੂੰ ਛੁਡਾਉਣ 'ਚ ਕਾਮਯਾਬ ਹੋਏ ਹਾਂ, ਅੱਗੇ ਹੋਰ ਬਹੁਤ ਨੇ ਸੰਗਤ ਜੀ ਜਿਹੜੇ ਮਤਲਬ ਪੰਜਾਬ ਦੇ ਹੀ ਵਾਸੀ, ਪੰਜਾਬ 'ਚ ਫੜੇ ਵੇ ਨੇ। ਔਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਇਸ ਵੀਰ ਦਾ ਘਰ ਲੱਭਣਾ। ਔਰ ਅਸੀਂ ਦੁਬਾਰਾ ਦੁਬਾਰਾ ਸੰਗਤ ਨੂੰ ਫਿਰ ਦੱਸਦੇ ਹਾਂ ਜੀ, ਅਸੀਂ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਸਾਡਾ ਐਡਰੈਸ ਆ। ਤੁਸੀਂ ਆਉਂਦੇ ਜਾਂਦੇ ਜ਼ਰੂਰ ਇਸ ਘਰ ਦੇ ਵਿੱਚ ਇੱਦਾਂ ਦੀਆਂ ਰੱਬ ਰੂਪੀ ਰੂਹਾਂ ਨੂੰ ਜ਼ਰੂਰ ਦੁਆਵਾਂ ਦੇ ਕੇ ਜਾਇਆ ਕਰੋ, ਕਿਉਂਕਿ ਤੁਹਾਡੇ ਆਉਣ ਦੇ ਨਾਲ ਹੋਰ એનર્ਜੀ ਮਿਲਦੀ ਆ ਤੇ ਅਸੀਂ ਹੋਰ ਚੰਗਾ ਕਰਨ 'ਚ ਕਾਮਯਾਬ ਹੋ ਸਕਦੇ ਹਾਂ ਜੀ। ਕਿਉਂਕਿ ਸੰਗਤ ਜੀ ਸਾਡੇ ਕੋਲ ਅੱਜ ਉਨੀ ਜਗ੍ਹਾ ਨਹੀਂ ਹੈਗੀ ਵੀ ਅਸੀਂ ਪੰਜ ਚਾਰ ਮੈਂਬਰ ਹੋਰ ਲਿਆ ਕੇ ਰੱਖੀਏ, ਅਸੀਂ ਚਾਹੁੰਦੇ ਹਾਂ ਵੀ ਜਲਦੀ ਉਹ ਹਾਲ ਆ ਜਿਹੜਾ ਉਹ ਜਲਦੀ ਬਣ ਕੇ ਤਿਆਰ ਹੋਵੇ, ਤਾਂ ਜੋ ਅਸੀਂ 40-50 ਮੈਂਬਰ ਹੋਰ ਲਿਆਈਏ, ਫਿਰ ਉਹਦੇ ਉੱਪਰ ਬਣਾਈਏ, ਫਿਰ ਹੋਰ 100 ਮੈਂਬਰ ਲਿਆਈਏ। ਇੱਦਾਂ ਹੀ ਇਹ ਘਰ ਅੱਗੇ ਅੱਗੇ ਸੰਗਤ ਜੀ ਵੱਧਦਾ ਜਾਊਗਾ, ਇਹ ਸਾਰਾ ਸਾਡਾ ਪਰਿਵਾਰ। ਤੁਸੀਂ ਪ੍ਰਸ਼ਾਦਾ ਨਹੀਂ ਛਕਣਾ ਦੀਪਕ? ਠੀਕ ਹੈ। ਦੀਪਕ ਦੀ ਵੀ ਬਹੁਤ ਮਤਲਬ ਬਿਮਾਰ ਸੀਗਾ ਕਿਸੇ ਵਕਤ, ਦੀਪਕ ਸਾਡਾ ਕਸ਼ਮੀਰ ਸਿੰਘ ਭਰਾ ਬੰਗਿਆਂ ਤੋਂ। ਔਰ ਸੰਗਤ ਜੀ ਸਾਡਾ ਘਰ ਵੀ ਤੁਹਾਨੂੰ ਅਸੀਂ ਦਿਖਾਉਣ ਲੱਗੇ ਹਾਂ, ਸਾਡਾ ਬਹੁਤ ਛੋਟਾ ਜਿਹਾ ਘਰ ਹੈ ਜੀ। ਪ੍ਰਸ਼ਾਦਾ ਸਾਰੇ ਵੀਰ ਛਕ ਰਹੇ ਨੇ ਔਰ ਬਿਸਤਰੇ ਲੱਗੇ ਪਏ ਨੇ, ਇੱਦਾਂ ਅਸੀਂ ਮੰਜਿਆਂ ਦੇ ਨਾਲ ਮੰਜੇ ਜੋੜ ਕੇ ਇਹਨਾਂ ਨੂੰ ਪਾਉਂਦੇ ਹਾਂ ਜੀ। ਇੱਥੇ ਵੀ 15-ਕੁ ਜਾਣੇ ਪੈਂਦੇ ਨੇ, ਆਹ ਵਿਚਾਲੇ ਵੀ ਪੈਂਦੇ ਨੇ 4-5 ਜਾਣੇ, ਉਦੋਂ ਅੱਗੇ 17-18 ਜਾਣੇ ਪੈਂਦੇ ਨੇ। ਜਿੱਥੋਂ ਆਪਾਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਉੱਥੇ ਵੀ 20-ਕੁ ਜਾਣੇ ਪੈਂਦੇ ਨੇ ਸੰਗਤ ਜੀ। ਅਤੇ ਅਸੀਂ ਤੁਹਾਨੂੰ ਜਿਹੜੇ ਸਾਰੇ ਵੀਰ ਨੇ ਇਹ ਵੀ ਮਾੜਾ ਜਿਹਾ ਇੱਕ ਵਾਰੀ ਕੈਮਰਾ ਮਾਰ ਕੇ ਜਿਹੜਾ ਦਿਖਾ ਦਿੰਦੇ ਹਾਂ ਸੰਗਤ ਜੀ, ਕਿਉਂਕਿ ਸੰਗਤ ਨੂੰ ਪਤਾ ਲੱਗ ਸਕੇ ਸੇਵਾ ਚੱਲਦੀ ਕਿੱਦਾਂ ਜੀ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫੌਜੀ ਸਾਹਿਬ ਸਮਾਈਲ ਕਰ ਰਹੇ ਨੇ, ਮਾੜਾ ਤਾਂ ਫੌਜੀ ਸਾਹਿਬ ਵੀ ਜ਼ਰੂਰ ਦਿਖਾਇਆ ਜਾਵੇ ਸੰਗਤ ਨੂੰ। ਫੌਜੀ ਸਾਹਿਬ ਠੀਕ ਹੋ? ਸੰਗਤ ਨੂੰ ਫਤਿਹ ਬੁਲਾ ਦਿਓ। ਹਾਂਜੀ ਜੀ, ਮੈਂ ਜੋੜੇ ਕੱਢਦਾ ਜੀ, ਮਾਫ਼ੀ ਚਾਹੁੰਦਾ, ਤੁਸੀਂ ਜੋ ਪ੍ਰਸ਼ਾਦਾ ਸ਼ੁਰੂ ਕਰਤਾ। ਅਤੇ ਸੋਨੀ ਕਿਵੇਂ ਵੀਰੇ? ਸਲਾਦ ਮਿਲਦਾ ਤੁਹਾਨੂੰ? ਮਿਲਦਾ। ਔਰ ਸੁਰਜੀਤ ਸਿੰਘ, ਸੁਰਜੀਤ ਵੀਰੇ ਠੀਕ ਹੋ? ਚਲੋ ਬਹੁਤ ਵਧੀਆ। ਗੁਰੂ ਸਾਹਿਬ ਕੇ ਕੋਰੇ ਦੇ 15 ਸਾਲ ਸੰਗਤ ਲੱਗੇ ਰਿਹਾ ਸੰਗਤ ਜੀ, ਇਸ ਵੀਰ ਦਾ ਸਾਨੂੰ ਹਾਲ ਤੱਕ ਘਰ ਨਹੀਂ ਲੱਭਿਆ, ਆਸ਼ਿਵ ਦਾ ਘਰ ਨਹੀਂ ਲੱਭਿਆ, ਚੱਕਰਵਰਤੀ ਗੁਰਪ੍ਰੀਤ ਸਿੰਘ ਚੱਕਰਵਰਤੀ, ਸਾਰੇ ਭੈਣ ਭਰਾ ਤੁਸੀਂ ਜਾਣਦੇ ਹੋ। ਇਹ ਵੀਰ ਵੀ ਅਸੀਂ ਮੱਝਾਂ ਦੇ ਬਾੜੇ 'ਚੋਂ ਛੁਡਾਇਆ ਸੀ ਸੰਗਤ ਜੀ, ਇਹਦਾ ਵੀ ਘਰ ਨਹੀਂ ਲੱਭਿਆ। ਇਹ ਬਾਈ ਜੀ ਦੇ ਪੂਰੀ ਲੱਤ ਦੇ ਵਿੱਚ ਕੀੜੇ ਸੀ, ਇਹ ਹੋਸਪਿਟਲ ਦੇ ਬਾਹਰ ਡਾਕਟਰਾਂ ਨੇ ਆਪਦੀ ਜਾਨ 'ਚ ਇਹਨਾਂ ਨੂੰ ਮਤਲਬ ਮਾਰ ਕੇ ਛੱਡਤਾ ਸੀ ਇੱਕ ਤਰ੍ਹਾਂ ਦਾ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਰਪੰਚ ਦਾ ਵੀ ਸਾਨੂੰ ਹਾਲ ਤੱਕ ਘਰ ਨਹੀਂ ਲੱਭਿਆ। ਇਹ ਬਾਪੂ ਜੀ ਵੀ ਪਟਿਆਲੇ ਤੋਂ ਲਿਆਉਂਦੇ ਸੀ, ਇੱਦਾਂ ਹੀ ਮਤਲਬ ਸਾਰੇ ਵੀਰ ਜਿਹਨੂੰ ਆਪਾਂ ਅੱਜ ਲੈ ਕੇ ਆਏ ਹਾਂ, ਮਤਲਬ ਉਹੀ ਵੀਰ ਆ। ਤੁਸੀਂ ਦੇਖੋ ਸੰਗਤ ਜੀ, ਜਿਹੜਾ ਵੀਰ ਮਤਲਬ ਜਿਹਨੂੰ ਆਪਾਂ ਅੱਜ ਲੈ ਕੇ ਆਏ ਉਹੀ ਵੀਰ ਆ ਜੀ। ਇਹਦੇ ਵਿੱਚੋਂ ਦੇਖਿਓ ਕੋਈ ਤੂੜ ਪੈ ਗਿਆ ਜੀ। ਹਾਂ ਚਲੋ, ਅਤੇ ਆਓ ਜੀ, ਵਾਹਿਗੁਰੂ। ਸੋਨੀ ਨੂੰ ਸਲਾਦ ਪਾ ਦਿਓ। ਇੱਦਾਂ ਹੀ ਸਾਡਾ ਪਰਿਵਾਰ ਦਿਨੋਂ ਦਿਨ ਵੱਧ ਰਿਹਾ ਸੰਗਤ ਜੀ, ਫਿਰ ਕਦੇ ਕਿਸੇ ਦਿਨ ਦੇ ਵਿੱਚ ਡਿਟੇਲ 'ਚ ਅਸੀਂ ਦਿਖਾਵਾਂਗੇ। ਅਤੇ ਪਟਿਆਲੇ ਤੋਂ ਭਾਸੋ ਰੋਡ ਲਚਕਾਣੀ ਪਿੰਡ, ਇਹ ਵਾਲਾ ਮਤਲਬ ਆਪਣਾ ਘਰ ਆ ਜਿਹੜਾ, ਇਹ ਵਾਲਾ ਘਰ ਇੱਥੇ ਬਣ ਰਿਹਾ ਸੰਗਤ ਜੀ। ਅਸੀਂ ਇਹਦੇ ਲਈ ਤੁਹਾਡੇ ਤੋਂ ਚੀਜ਼ਾਂ ਦੇ ਰੂਪ 'ਚ ਮਦਦ ਲੈਣੀ ਆ। ਅਸੀਂ ਚਾਹੁੰਦੇ ਹਾਂ ਸੰਗਤ ਜੀ, ਬੇਸ਼ੱਕ ਇਸ ਘਰ ਨੂੰ ਮਾਇਆ ਦੀ ਲੋੜ ਆ, ਜਦੋਂ ਸਾਨੂੰ ਲੋੜ ਹੁੰਦੀ ਅਸੀਂ ਤੁਹਾਡੇ ਤੋਂ ਮੰਗ ਲਾਂਗੇ ਦੁਬਾਰਾ, ਅਸੀਂ ਤੁਹਾਨੂੰ ਕਹਾਂਗੇ ਭਾਈ ਸਾਨੂੰ ਆਹ ਲੋੜ ਪੈ ਗਈ। ਪਰ ਅਸੀਂ ਚਾਹੁੰਦੇ ਹਾਂ ਸੰਗਤ ਜੀ, ਤੁਸੀਂ ਜਿਵੇਂ ਸਾਨੂੰ ਮਟੀਰੀਅਲ ਦੇ ਰੂਪ 'ਚ ਮਦਦ ਪਹੁੰਚਦੀ ਕਰੋ, ਤਾਂ ਜੋ ਆਪਣਾ ਘਰ ਬਣੇ। ਅਸੀਂ ਚਾਹੁੰਦੇ ਹਾਂ ਦਸਵੰਧ ਤੁਹਾਡਾ, ਤੁਸੀਂ ਮਿਹਨਤ ਕਰਕੇ ਦਸਵੰਧ ਗੁਰੂ ਸਾਹਿਬ ਨੇ ਤੁਹਾਡੇ ਤੋਂ ਕਢਵਾਇਆ, ਤੁਸੀਂ ਆਪਣੀ ਹੱਥੀਂ ਜਿਹੜੀ ਸੇਵਾ ਆਪ ਚੀਜ਼ ਲੈ ਕੇ ਦੇਣੀ ਆ ਜੀ। ਉਹ ਸਾਹਮਣੇ ਉੱਧਰ ਜਿਹੜੇ ਜਿੱਥੇ ਲਾਈਟ ਮੱਚ ਰਹੀ ਆ ਬਾਹਰਲੇ ਪਾਸੇ, ਉੱਥੇ ਕਮਰੇ ਬਣ ਰਹੇ ਨੇ ਜੀ। ਸਾਰਾ ਘਰ ਮਤਲਬ 1.5-1.5 ਸਾਲ ਦੇ ਵਿੱਚ ਸੰਗਤ ਜੀ ਕਾਫੀ ਵੱਡੀ ਮਾਤਰਾ ਦੇ ਵਿੱਚ ਇਹ ਵੀਰ ਆਪਣੇ ਕੋਲ ਰਹਿ ਸਕਣਗੇ ਜੀ। ਬਾਕੀ ਜਾਣੇ ਅਣਜਾਣੇ 'ਚ ਕੋਈ ਗਲਤੀ ਹੋ ਗਈ ਵੀ ਤਾਂ ਮਾਫ਼ੀ ਦਿਓ, ਅੱਗੇ ਹੋਰ ਬਹੁਤ ਕੇਸ ਨੇ, ਸਾਨੂੰ ਇਤਲਾਹ ਪੱਕੀ ਦਿੱਤੀ ਜਾਵੇ ਜਿਨ੍ਹਾਂ ਦੇ ਸੰਗਲ ਲੱਗੇ ਹੋਏ ਨੇ, ਜਿਹੜੇ ਦਰਿੰਦੇ ਇਹੋ ਜਿਹੇ ਰੱਬ ਰੂਪੀ ਰੂਹਾਂ ਨੂੰ ਬੰਨ੍ਹ ਕੇ ਰੱਖਦੇ ਨੇ, ਉਹਨਾਂ ਦੀ ਇਤਲਾਹ ਸਾਨੂੰ ਵਿਧ ਵੀਡੀਓ ਦੇ ਜਿਹੜੇ ਜ਼ਰੀਏ ਦਿੱਤੀ ਜਾਵੇ। ਧੰਨਵਾਦ ਜੀ, ਅਸੀਂ ਜੁੜਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ। ਧੰਨਵਾਦ ਤੁਹਾਡਾ, ਭੈਣ ਭਰਾਵਾਂ ਦਾ ਸਾਥ ਤੁਹਾਡਾ ਅਸੀਂ ਕਦੇ ਵੀ ਕਰਜ਼ ਨਹੀਂ ਉਤਾਰ ਸਕਦੇ, ਕਿਉਂਕਿ ਤੁਸੀਂ ਸਾਡਾ ਇੰਨਾ ਸਾਥ ਦਿੱਤਾ, ਅਸੀਂ ਮਤਲਬ ਹਮੇਸ਼ਾ ਹੀ ਰਿਣੀ ਰਹਾਂਗੇ ਤੁਹਾਡੇ। ਪਰਮਾਤਮਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ, ਚਾਹੇ ਤੁਸੀਂ ਦੇਸ਼ 'ਚ ਬੈਠੇ ਹੋ ਚਾਹੇ ਵਿਦੇਸ਼ 'ਚ ਬੈਠੇ ਹੋ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਫਤਿਹ ਬੁਲਾ ਦਿਓ ਸੰਗਤ ਨੂੰ ਜੀ। ਇੱਕ ਜਕਾਰਾ ਲਾ ਦਿਓ ਜੀ, ਬੋਲੇ ਸਤਿ ਸ਼੍ਰੀ ਅਕਾਲ। ਕੀ ਨਾਮ ਆ ਜੀ ਤੁਹਾਡਾ? ਅੱਛਾ ਜੀ, ਕਿਹਦੀ ਬੇਟੀ ਆ ਕੁੜੀਏ ਤੂੰ? ਕਿਹੜਾ ਆਪਣਾ ਫਰਜ਼ ਸੇਵਾ ਸੁਸਾਇਟੀ ਚਲਾਉਂਦਾ? ਬੋਲੇ ਨਹੀਂ ਹੁੰਦੇ ਪੁੱਤੇ, ਰੱਬ ਰੂਪੀ ਰੂਹਾਂ ਨੇ। ਠੀਕ ਹੈ ਸੰਗਤ ਜੀ, ਉਹ ਹੱਸ ਪਏ ਸਾਰੇ, ਇੰਨੀ ਗੱਲ ਤਾਂ ਹੀ ਠੀਕ ਹੈ ਸੰਗਤ ਜੀ। ਗੁਰੂ ਸਾਹਿਬ ਕਿਰਪਾ ਕਰਨ, ਸਾਰੇ ਪ੍ਰਸ਼ਾਦਾ ਛੱਕ ਰਹੇ ਨੇ। ਅਤੇ ਆਪਾਂ ਗੁਰਬਾਣੀ ਦੁਬਾਰਾ ਫਿਰ ਔਨ ਕਰ ਦਿੰਦੇ ਹਾਂ, ਕਿਉਂਕਿ ਵੀਡੀਓ ਬਣਾਉਣ ਕਰਕੇ ਗੁਰਬਾਣੀ ਬੰਦ ਕਰ ਦਿੱਤੀ ਗਈ ਸੀ ਜੀ। ਠੀਕ ਹੈ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।